রাখুন হার দিয়াল, নানক করকে গুলে আব হো সিখ সতগুর কে প্যারে ও গাব হো সচ্চী বাণী, বাণী তাঁ গাব হো গুরু কেরি, বাণিয়া সির বাণী, বাণী গুরু গুরু হ্যায় বাণী, বিচ বাণী অমৃত সারে, গুরুবাণী কহ সেবক জন মন, পরতখ গুরু নিস্তারে, গুরুবাণী কহ সেবক জন মন, পরতখ গুরু নিস্তারে। তনাসরী মহল্লা পঞ্জবা, যহ যহ পেখো তহ হজুর, দূর কতহু না যাই, রব রহে আসর বতর মহ, মন সদা তে আই, যহ যহ পেখো তহ হজুর, দূর কতহু না যাই, রব রহে আসর বতর মহ, মন সদা তে আই, ইত ইউত নই বিছুড়া, সো সঙ্গী গনিয়া, বিনস যায় যো নিমখ মহ, সো অলপ সুখ পনিয়া, রহাও প্রতপালায় অপিয়াহু দে, কছ উন না হই, সাস সাস সুমালত, মেরা প্রভ সোই, অছল অছেদ অপার প্রভ, উচ্চা যা করূপ, জপ জপ করে আনন্দ জন, অচরজ অনুপ, সামত দেহ দয়াল প্রভ, জিত তুম হরাদা, নানক মঙ্গ দান প্রভ, রেণ পগ সদা, সামত দেহ দয়াল প্রভ, জিত তুম হরাদা, নানক মঙ্গ দান প্রভ, রেণ পগ সদা, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਉਸਤਤ ਬਾਣੀ ਦੇ ਕਵਿਤ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਅਤਿ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਪਾਸੋਂ ਆਪ ਬੜੇ ਪਿਆਰ ਨਾਲ ਅਕਾਲ ਉਸਤਤ ਬਾਣੀ ਦੀ ਵਿਚਾਰ ਸਰਵਣ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿਣਾ ਸਖਤ ਕਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਅੰਮਥੋ ਜਿਖ ਹਿਜੈ ਕੋਟ ਇੰਦਰ ਇੰਦਰਾਨ ਸ਼ਾਹਿ ਸ਼ਾਹਾਨ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਣ ਕਹਿਤ ਤੈ ਸਰਬ ਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ ਦੁਕਾਲੰਗ ਪਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਕਾਲ ਉਸਤਤ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਕਵਿਤ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ ਕਹੂੰ ਨ੍ਰਿਤ ਕੇ ਨਚਈਆ ਕਹੂੰ ਨਰ ਕੋ ਆਕਾਰ ਹੋ ਕਹੂੰ ਵੇਦ ਬਾਣੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ ਕਹੂੰ ਬੇਨ ਕੇ ਬਜਈਆ ਕਹੂੰ ਧੇਨ ਕੇ ਚਰਈਆ ਕਹੂੰ ਲਾਖਨ ਲਵਈਆ ਕਹੂੰ ਸੁੰਦਰ ਕੁਮਾਰ ਹੋ ਸ਼ੁੱਧਤਾ ਕੀ ਸ਼ਾਨ ਹੋ ਕੇ ਸੰਤਨ ਕੇ ਪ੍ਰਾਣ ਹੋ ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਹੋ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕਿਦੋ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਸ਼ੁੱਧਤਾ ਕੀ ਸ਼ਾਨ ਹੋ ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ ਕੇ ਸ਼ਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ ਕੇ ਸ਼ਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਗੁਰਤਾ ਗੱਦੀ 'ਤੇ ਬਿਰਾਜਮਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਅਤਿ ਵਡਭਾਗੀ ਹੋ ਜੋ ਕਿ ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਚਰਨਾਂ ਨਾਲ ਸਾਂਝ ਪਾ ਕੇ ਜੁੜੇ ਹੋਏ ਹੋ।
ਸਤਿਗੁਰੂ ਜੀ ਦਾ ਸ੍ਰੀ ਮੁੱਖ ਵਾਕ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ ਔਰ ਗੁਰੂ ਸਾਹਿਬ ਨੇ ਪਿਛਲੇ 3 ਦਿਨਾਂ ਤੋਂ ਚੱਲ ਰਹੀ ਅਕਾਲ ਉਸਤਤ ਦੀ ਵਿਚਾਰ ਉੱਤੇ ਅੱਜ ਦੇ ਸ੍ਰੀ ਮੁੱਖ ਵਾਕ ਬਖਸ਼ ਕੇ ਮੋਹਰ ਲਾਈ ਹੈ ਕਿ ਜਹ ਜਹ ਪੇਖੋ ਤਹਿ ਹਜ਼ੂਰ ਦੂਰ ਕਤਹੂੰ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸਰਬੱਤਰ, ਸਰਬੱਤਰ ਦਾ ਮਤਲਬ ਕੀ ਹੈ? 100%, ਕਿੱਥੇ ਰਵਿਆ ਹੋਇਆ ਹੈ, ਕੋਈ ਇੱਕ ਥਾਂ ਨਹੀਂ ਅਕਾਲ ਪੁਰਖ ਦਾ, ਸਰਬੱਤਰ ਸਭ ਥਾਵਾਂ 'ਤੇ, ਮਾੜੇ ਵਿੱਚ ਵੀ ਚੰਗੇ ਵਿੱਚ ਵੀ, ਪਾਪੀ ਵਿੱਚ ਵੀ ਪੁੰਨੀ ਵਿੱਚ ਵੀ, ਸੱਚੇ ਵਿੱਚ ਵੀ ਝੂਠੇ ਵਿੱਚ ਵੀ, ਉੱਚੇ ਚਰਿੱਤਰ ਵਾਲੇ ਵਿੱਚ ਵੀ, ਡਿੱਗੇ ਹੋਏ ਚਰਿੱਤਰ ਵਾਲੇ ਵਿੱਚ ਵੀ ਉਹ ਰਵਿਆ ਹੋਇਆ। ਤਾਂ ਇਹਦਾ ਅਰਥ ਫਿਰ, ਕਿਉਂਕਿ ਇਹ ਕਲਕੀਧਰ ਪਾਤਸ਼ਾਹ ਜੀ ਦੀ ਬਾਣੀ ਹੈ ਔਰ ਮਹਾਰਾਜ ਨਿਰੰਤਰ ਭਰਮ ਦੇ ਗੜ ਤੋੜਦੇ ਜਾ ਰਹੇ। ਜਿਹੜਾ ਆਦਮੀ ਸ੍ਰੀ ਅਕਾਲ ਉਸਤਤ ਨੂੰ ਪੜ੍ਹੇਗਾ, ਅੰਦਰ ਧਾਰਨ ਕਰੇਗਾ, ਇੰਜ ਕਹਿ ਸਕਦੇ ਹਾਂ ਉਹ ਪਰਮਾਤਮਾ ਤੋਂ ਬਚ ਹੀ ਨਹੀਂ ਸਕਦਾ, ਕਿਉਂਕਿ ਪਰਮਾਤਮਾ ਤੋਂ ਬੰਦਾ ਸਿਰਫ ਉੱਥੇ ਸੋਚਦਾ ਮੈਂ ਬਚ ਗਿਆ ਜਿੱਥੇ ਉਹਨੇ ਝੂਠ ਬੋਲਣਾ, ਜਿੱਥੇ ਉਹਨੇ ਪਾਪ ਕਰਨਾ ਹੈ, ਜਿੱਥੇ ਕਿਸੇ ਨੂੰ ਦੁੱਖ ਦੇਣਾ, ਜਿੱਥੇ ਕਿਸੇ ਨੂੰ ਮਾਰਨਾ, ਉਹਦੇ ਵਾਸਤੇ ਅਸੀਂ ਸੋਚਦੇ ਹਾਂ ਕਿ ਹੁਣ ਪਰਮਾਤਮਾ ਨੂੰ ਮਨ ਵਿੱਚੋਂ ਉਹਦੇ ਕਰਨਾ ਪਏਗਾ, ਇੱਥੇ ਗਲਤ ਹੈ, ਇੱਥੇ ਝੂਠ ਹੈ, ਇੱਥੇ ਪਾਪ ਹੈ। ਪਰ ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਹੋਰ ਕਲਾ ਵਰਤੀ, ਉਹ ਕਹਿੰਦੇ ਜਿੱਥੇ ਝੂਠ ਹੈ ਉੱਥੇ ਵੀ ਤੂੰ ਹੈ, ਜਿੱਥੇ ਪਾਪ ਹੈ ਉੱਥੇ ਵੀ ਤੂੰ ਹੈ, ਜਿੱਥੇ ਕਿਸੇ ਨੂੰ ਮਾਰ ਰਿਹਾ ਕੋਈ ਉੱਥੇ ਵੀ ਤੂੰ ਹੈ। ਇਹ ਬੜਾ ਡੂੰਘਾ ਮਨੋਵਿਗਿਆਨ ਹੈ। ਇਹਦਾ ਅਰਥ ਇਹ ਨਹੀਂ ਕਿ ਝੂਠ ਚੰਗਾ ਹੈ ਜਾਂ ਪਾਪ ਚੰਗਾ ਹੈ ਜਾਂ ਇਹ ਸਭ ਕੁਝ ਠੀਕ ਹੈ ਜੋ ਮਹਾਰਾਜ ਕਹਿ ਰਹੇ ਨੇ, ਵੀ ਇਹਦਾ ਕਾਰਨ ਕੀ ਹੈ? ਕਿਉਂਕਿ ਜਦੋਂ ਆਦਮੀ ਝੂਠ ਵਾਲੀ ਥਾਂ 'ਤੇ ਪਰਮਾਤਮਾ ਨੂੰ ਵੇਖੇਗਾ, ਝੂਠ ਬੋਲ ਹੀ ਨਹੀਂ ਸਕੇਗਾ। ਇਹ ਕਲਾ ਵਰਤੀ ਮਹਾਰਾਜ ਨੇ, ਤਰੀਕਾ ਵਰਤਿਆ ਬਚਾਉਣ ਵਾਸਤੇ ਝੂਠ ਤੋਂ। ਇਹ ਜੇ ਪਾਪ ਵਿੱਚ ਪਰਮਾਤਮਾ ਨੂੰ ਵੇਖ ਲਿਆ, ਪਾਪ ਹੋ ਹੀ ਨਹੀਂ ਸਕੇਗਾ, ਅਤੇ ਜੇ ਉਹ ਠੀਕ ਹੈ ਫਿਰ ਉਸ ਕਰਮ ਤੋਂ ਸੰਗਣ ਦੀ ਕੀ ਲੋੜ ਹੈ ਜੋ ਪਰਮਾਤਮਾ ਨੇ ਬਣਾਇਆ? ਜੋ ਪਰਮੇਸ਼ਰ ਨੇ ਬਣਾਇਆ ਉਹ ਪਾਪ ਹੋ ਹੀ ਕਿਵੇਂ ਸਕਦਾ? ਸੰਸਾਰ ਉਹਨੇ ਬਣਾਇਆ। ਜਿੱਥੇ ਝੂਠ ਹੈ, ਨਹੀਂ ਤੇ ਆਮ ਸਾਰੇ ਜਿਹੜੇ ਜ਼ਿਆਦੇ ਸ਼ਬਦ ਨੇ, ਸਾਰੇ ਗ੍ਰੰਥ ਨੇ, ਸਾਰੇ ਉਪਦੇਸ਼ ਨੇ, ਉਹ ਜ਼ਿਆਦਾਤਰ ਇਹ ਕਹਿਣਗੇ ਜਿੱਥੇ ਚੰਗਿਆਈ ਹੈ ਉੱਥੇ ਹੀ ਪਰਮਾਤਮਾ ਹੈ। ਪਰ ਗੁਰੂ ਗੋਬਿੰਦ ਸਿੰਘ ਉਸ ਤੋਂ ਅੱਗੇ ਨਿਕਲ ਕੇ ਇੱਕ ਨਵੀਂ ਗੱਲ ਕਰ ਰਹੇ ਨੇ। ਉਹ ਕਹਿੰਦੇ ਜਿੱਥੇ ਝੂਠ ਹੈ ਉੱਥੇ ਵੀ ਤੂੰ ਹੈ, ਜਿੱਥੇ ਪਾਪ ਹੈ। ਔਰ ਇਹ ਬੜਾ ਵੱਡਾ ਇੱਕ ਫਾਰਮੂਲਾ ਹੈ, ਇੱਕ ਬੜਾ ਵੱਡਾ ਇੱਕ ਨਿਯਮ ਹੈ ਕਿ ਜੇ ਝੂਠ ਵਿੱਚ ਵੀ ਉਹ ਹੈ ਤੇ ਜਦੋਂ ਮੈਂ ਝੂਠ ਬੋਲਾਂਗਾ, ਜੇ ਪਰਮਾਤਮਾ ਉੱਥੇ ਵੀ ਹੈ ਝੂਠ ਬੋਲੇ ਹੀ ਨਹੀਂ ਜਾਣਾ। ਜੇ ਝੂਠ ਦੇ ਵਿੱਚ ਵੀ ਉਹ ਹੈ, ਜੇ ਉਹ ਪਾਪ ਦੇ ਵਿੱਚ ਵੀ ਹੈ, ਜਦੋਂ ਮੈਂ ਪਾਪ ਕਰਨ ਲੱਗਾਂਗਾ ਪਾਪ ਹੋਣਾ ਹੀ ਨਹੀਂ, ਛੁੱਟ ਜਾਏਗਾ, ਬਿਨਾਂ ਕਹਿਣ ਤੋਂ ਛੁੱਟ ਜਾਏਗਾ। ਇਹਦੇ ਵਿੱਚ ਇੱਕ ਹੋਰ ਫਾਇਦਾ, ਝੂਠ ਤੋਂ ਨਫ਼ਰਤ ਕਰਨ ਦੀ ਵੀ ਲੋੜ ਨਹੀਂ, ਪਾਪ ਤੋਂ ਨਫ਼ਰਤ ਕਰਨ ਦੀ ਵੀ ਲੋੜ ਨਾ ਰਹੀ, ਕਿਉਂਕਿ ਨਫ਼ਰਤ ਫਿਰ ਉਹਦੇ ਨਾਲ ਸੰਬੰਧ ਜੋੜ ਦਿੰਦੀ। ਆਪ ਜੀ ਹੈਰਾਨ ਹੋ ਗਏ, ਅਸੀਂ ਉਹਨਾਂ ਲੋਕਾਂ ਨਾਲ ਜ਼ਿਆਦਾ ਜੁੜੇ ਹੋਏ ਹਾਂ ਜਿਨ੍ਹਾਂ ਨਾਲ ਅਸੀਂ ਨਫ਼ਰਤ ਕਰਦੇ ਹਾਂ ਉਹਨਾਂ ਨਾਲੋਂ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ, ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ ਉਹਨਾਂ ਨਾਲ ਅਜੇ ਅਸੀਂ ਘੱਟ ਜੁੜੇ ਹਾਂ, ਜਿਹਦੇ ਨਾਲ ਸਾਨੂੰ ਮੋਹ ਹੈ, ਜਿਹਦੇ ਨਾਲ ਸਾਨੂੰ ਪਿਆਰ ਹੈ, ਉਹ ਤੇ ਸ਼ਾਇਦ ਦਿਨ ਵਿੱਚ 2 ਵਾਰੀ ਜਾਂ ਹਫ਼ਤੇ ਵਿੱਚ 1 ਵਾਰੀ ਚੇਤੇ ਆਵੇਗਾ, ਪਰ ਜਿਹਦੇ ਨਾਲ ਨਫ਼ਰਤ ਹੈ ਉਹ ਤੇ ਇੱਕ ਪਲ ਵੀ ਨਹੀਂ ਵਿਸਰਦਾ, ਉਹ ਤੇ ਸੁੱਤਿਆਂ ਵੀ ਨਾਲ, ਉਹ ਤੇ ਜਾਗਦਿਆਂ ਵੀ ਨਾਲ, ਉਹ ਤੇ ਰੋਟੀ ਖਾਂਦਿਆਂ ਵੀ ਨਾਲ ਬੈਠਾ ਹੋਇਆ। ਇਹ ਬੜਾ ਵੱਡਾ ਰੋਗ ਹੈ, ਕਈ ਮਰੀਜ਼ ਨੇ ਮਨ ਦੇ,
ਉਹ ਜਿਹਦੇ ਨਾਲ ਉਹਨਾਂ ਦੀ ਗਹਿਰੀ ਨਫ਼ਰਤ ਪੈਦਾ ਹੋ ਜਾਂਦੀ, ਉਹ ਕਈ ਵਾਰੀ ਸੋਚਦੇ ਨੇ ਉਹ ਮੇਰੇ ਕੋਲ ਖੜਾ ਹੈ, ਉਹ ਮੇਰੇ ਸਿਰਹਾਣੇ 'ਤੇ ਖੜਾ ਹੈ, ਜਦੋਂ ਮੈਂ ਰੋਟੀ ਖਾ ਰਿਹਾ ਮੇਰੀ ਥਾਲੀ ਵਿੱਚ ਹੱਥ ਪਾਉਂਦਾ ਹੈ, ਜਦੋਂ ਮੈਂ ਇਸ਼ਨਾਨ ਕਰਨਾ ਬਾਥਰੂਮ ਵਿੱਚ ਹੈ, ਜਦੋਂ ਮੈਂ ਸੌਣ ਲੱਗਣਾ ਉਹਦੇ ਮੰਜੇ 'ਤੇ ਬੈਠਾ ਹੋਇਆ। ਕਿਉਂ? ਨਫ਼ਰਤ ਗਹਿਰੇ ਸੰਬੰਧਾਂ ਨੂੰ ਜਨਮ ਦਿੰਦੀ ਹੈ, ਨਫ਼ਰਤ ਨਾਲ ਆਦਮੀ ਦੂਰ ਨਹੀਂ ਹੋ ਸਕਦਾ। ਇਸ ਕਰਕੇ ਧਿਆਨ ਰੱਖਣਾ, ਪਾਪ ਨਾਲ ਨਫ਼ਰਤ ਕਰਨੀ ਪਾਪ ਨਾਲ ਸੰਬੰਧ ਵਧਾਉਣਾ ਹੈ, ਉਹਦੇ ਨਾਲ ਹੋਰ ਗਹਿਰੇ ਸੰਬੰਧ ਜੁੜਨਗੇ। ਝੂਠ ਦੇ ਨਾਲ, ਪਾਪੀ ਦੇ ਨਾਲ ਜਿੰਨੀ ਨਫ਼ਰਤ ਕਰਾਂਗੇ, ਮਾੜੇ ਵਿਅਕਤੀ ਨਾਲ ਜਿੰਨੀ ਨਫ਼ਰਤ ਕਰਾਂਗੇ, ਉਹ ਸਾਡੇ ਨਾਲ ਉਹਨਾਂ ਸਾਡੀ ਨਜ਼ਦੀਕਤਾ ਵਿੱਚ ਸਾਡੇ ਨਾਲ ਰਹਿਣਾ ਸ਼ੁਰੂ ਕਰ ਲੈਣ। ਇਸ ਲਈ ਮਹਾਰਾਜ ਨਹੀਂ ਚਾਹੁੰਦੇ ਕਿ ਪਾਪ ਸਿੱਖ ਦੇ ਨਾਲ ਰਹੇ, ਇਸ ਕਰਕੇ ਉਹ ਕਹਿੰਦੇ ਨੇ ਪਾਪ ਦੇ ਵਿੱਚ ਵੀ ਪਰਮਾਤਮਾ ਹੈ ਅਤੇ ਪਾਪ ਛੁੱਟ ਜਾਏਗਾ। ਇਹ ਬੜਾ ਔਖਾ ਹੈ ਔਰ ਇਹੀ ਅਸਲੀ ਨਿਯਮ ਹੈ, ਨਹੀਂ ਤਾਂ ਸੰਸਾਰੀਆਂ ਨੇ ਪੁਜਾਰੀਆਂ ਨੇ ਅਤੇ ਰੱਬ ਨੂੰ ਇੱਕੋ ਥਾਂ 'ਤੇ ਦੱਸਿਆ ਵੀ ਇੱਥੇ ਰਹਿੰਦਾ, ਹੋਰ ਤਾਂ ਕਿਤੇ ਹੈ ਹੀ ਨਹੀਂ, ਅਤੇ ਸਾਨੂੰ ਉਹ ਬੜੇ ਫਿੱਟ ਬਹਿੰਦੇ ਨੇ, ਸਾਨੂੰ ਉਹ ਬੜੇ ਚੰਗੇ ਲੱਗਦੇ ਨੇ। ਉਹ ਕਹਿੰਦੇ ਕੋਈ ਗੱਲ ਨਹੀਂ, ਇੱਥੇ ਨੱਕ ਰਗੜ, ਇੱਥੇ ਆਹ ਕਰ ਉਹ ਕਰ, ਬਸ ਗੇਟ ਤੋਂ ਬਾਹਰ ਨਿਕਲਿਆ, ਕਿਉਂਕਿ ਰੱਬ ਨੇ ਤਾਂ ਚਾਰ ਦੁਆਰੀ ਵਿੱਚ ਹੀ ਰਹਿਣਾ। ਪਰ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਨਹੀਂ ਮੰਨਦੇ। ਮੈਂ ਕੱਲ੍ਹ ਬਾਣੀ ਇਹ ਪੜ੍ਹ ਰਿਹਾ ਸੀ ਕਮਰੇ ਵਿੱਚ ਬੈਠ ਕੇ, ਮੈਂ ਸੋਚਿਆ ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਨੇ ਉਦਣ ਤਲਵਾਰ ਖਿੱਚੀ ਸੀ ਜਿੱਦਣ ਪੰਜ ਪਿਆਰਿਆਂ ਤੋਂ ਸਿਰ ਮੰਗੇ ਸਨ। ਨਹੀਂ, ਗੁਰੂ ਗੋਬਿੰਦ ਸਿੰਘ ਨੇ ਤਾਂ ਹਰ ਪਲ ਤਲਵਾਰ ਖਿੱਚੀ ਹੋਈ, ਹਰ ਪਲ ਜਦੋਂ ਬਾਣੀ ਉਚਾਰਦੇ ਨੇ, ਬਾਣੀ ਕੀ ਹੈ? ਬਾਣੀ ਤਲਵਾਰ ਹੀ ਹੈ, ਲਿਹਾਜ਼ ਨਹੀਂ ਕਰਦੀ, ਕੋਈ ਲਿਹਾਜ਼ ਨਹੀਂ ਕਰੇਗੇ। ਮਹਾਰਾਜ ਨੇ ਇਹ ਨਹੀਂ ਕਹਿਣਗੇ ਵੀ ਤੂੰ ਇੱਥੇ ਮੇਰੇ ਕੋਲ ਆਇਆ ਅਤੇ ਹੁਣ ਹੀ ਤੇਰੇ ਨਾਲ ਰੱਬ ਹੈ। ਉਹ ਕਹਿਣਗੇ ਜਦੋਂ ਜਿੱਥੇ ਵੀ ਤੂੰ ਜਾਣਾ ਹੈ। ਕੱਲ੍ਹ ਹੀ ਇੱਕ ਫੋਨ ਮੈਨੂੰ ਸਿੰਘਾਂ ਨੇ ਦੱਸਿਆ ਵੀ ਕੱਲ੍ਹ ਦੀ ਕਿਸੇ ਸਿੰਘ ਨੇ ਕਥਾ ਸੁਣੀ, ਉਹ ਕਹਿੰਦਾ ਸਵੇਰ ਦਾ ਦੁਕਾਨ 'ਤੇ ਹੋਰ ਤਰ੍ਹਾਂ ਬੈਠਾ ਹੋਇਆ। ਕਿਉਂ? ਕਹਿੰਦੇ ਜਦੋਂ ਗ੍ਰਾਹਕ ਆਉਂਦਾ ਹੈ ਅਤੇ ਉਹ ਕਥਾ ਚੇਤੇ ਆ ਜਾਂਦੀ ਵੀ ਇਹ ਤਾਂ ਰੱਬ ਆ ਗਿਆ, ਅਤੇ ਪਹਿਲਾਂ ਦੇ ਚਾਰ ਪੈਸੇ ਲਾ ਲਈਦੇ ਸਨ ਉਹਦੇ ਕੋਲੋਂ ਝੂਠ ਮਾਰ ਕੇ ਵੀ ਜਿਹੜੀ ਦਸ ਦੀ ਵੀਹ ਦੀ ਕਹਿ ਦਿੱਤੀ। ਕਹਿੰਦੇ ਅਤੇ ਬਹੁਤ ਵੱਡਾ ਇੱਕ ਰੁਕਾਵਟ ਪੈ ਗਈ, ਇਹ 'ਤੇ ਇੱਕ ਬੰਧਨ ਪੈ ਗਿਆ। ਇਹ ਅੱਜ ਬੰਧਨ ਲੱਗਦਾ ਹੈ, ਇਹ ਜ਼ਿੰਦਗੀ ਦੇ ਵਿੱਚੋਂ ਨਵੀਂ ਖੁਸ਼ੀ ਨੂੰ ਜਨਮ ਦਏਗਾ ਜਦੋਂ ਆਦਮੀ ਇਸ ਨਿਯਮ ਨੂੰ ਖੁਸ਼ੀ ਨਾਲ ਪ੍ਰਵਾਨ ਕਰ ਲਏਗਾ। ਕਿਉਂਕਿ ਝੂਠ ਸਾਨੂੰ ਕਦੀ ਖੁਸ਼ੀ ਨਹੀਂ ਦੇ ਸਕਦਾ, ਇਹ ਪੱਕਾ ਲਿਖ ਲੈਣਾ। ਝੂਠ, ਫਰੇਬ, ਧੋਖਾ, ਦੋ ਬੰਦੇ ਬਹਿ ਕੇ ਤੀਸਰੇ ਦੀ ਬਦਖੋਈ ਕਰ ਲੈਣ, ਚੁੱਪ ਚੁਪੀਤੇ ਕਿਤੇ ਤਰੀਕਾ ਬਣਾ ਕੇ ਦੂਜੇ ਨੂੰ ਡੇਗਣ ਦੀ ਕੋਸ਼ਿਸ਼ ਕਰੋ, ਇਹ ਮਤ ਸੋਚਣਾ ਵੀ ਉਹ ਬੰਦਾ ਕਿਤੇ ਖੁਸ਼ੀ ਵਿੱਚ ਆ ਜਾਏਗਾ। ਉਹਨੇ ਹੋਰ ਗਮ ਵਿੱਚ ਡਿੱਗਣਾ ਹੈ, ਉਹ ਗਮ ਦੀ ਗੋਲੀ ਖਾ ਰਿਹਾ ਹੈ, ਦੁੱਖ ਦੀ ਗੋਲੀ ਖਾ ਰਿਹਾ। ਹੁਣ ਅਸੀਂ ਦੋਵੇਂ ਖਾਈ ਜਾਂਦੇ ਹਾਂ, ਅਸੀਂ ਇੱਕ ਪਾਸੇ 'ਤੇ ਕੁਝ ਵੀ ਨਹੀਂ ਛੱਡਦੇ, ਨਾ ਝੂਠ ਛੱਡਦੇ ਹਾਂ, ਨਾ ਪਾਪ ਛੱਡਦੇ ਹਾਂ, ਨਾ ਚੁਗਲੀ, ਨਾ ਨਿੰਦਿਆ, ਨਾ ਫਰੇਬ, ਨਾ ਈਰਖਾ, ਧੋਖਾ ਧੜੀ, ਸਭ ਕੁਝ ਰੱਖਦੇ ਹਾਂ ਨਾਲ। ਅਤੇ ਜ਼ਰੂਰੀ ਇਹ ਨਾ ਸੋਚਣਾ ਵੀ ਦੁਕਾਨ 'ਤੇ ਬੰਦਾ ਕਰਦਾ, ਉਹ ਤਾਂ ਇੱਕ ਇਕੱਲੇ ਦੁਕਾਨਦਾਰ 'ਤੇ ਨਾ ਰੱਖਣਾ। ਜਿੰਨੀਆਂ ਲਾਈਨਾਂ ਨੇ, ਜਿੰਨੇ ਰਾਹ ਨੇ, ਮੇਰੇ ਵੇਖਣ ਵਿੱਚ ਆਇਆ ਜਿਸ ਲਾਈਨ ਵਿੱਚ ਮੈਂ ਜਾ ਰਿਹਾ ਉੱਥੇ ਵੀ ਇਹਦੀ ਕੋਈ ਕਮੀ ਨਹੀਂ ਹੈ, ਉੱਥੇ ਵੀ ਬਹੁਤ ਹੈ, ਭਰਮਾਰ ਹੈ, ਫਰਕ ਕੁਝ ਵੀ ਨਹੀਂ। ਕਿਸੇ ਨੇ ਦੁਕਾਨ ਖੋਲ੍ਹੀ, ਕੋਈ ਵਾਹੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਕਥਾ ਕਰਦਾ, ਕੋਈ ਕੀਰਤਨ ਕਰਦਾ, ਫਰਕ ਕੋਈ ਵੀ ਨਹੀਂ। ਕੋਈ ਘਰ ਦੇ ਵਿੱਚ ਨੂੰ ਸੱਸ ਦਾ ਝਗੜਾ ਹੈ, ਨੂੰ ਸਹੁਰੇ ਦਾ ਝਗੜਾ ਹੈ, ਗੱਲ ਕੰਮ ਕਿਹੜਾ ਕਰ ਰਹੇ। ਗੁਰੂ ਗੋਬਿੰਦ ਸਿੰਘ ਇਹ ਕਹਿਣ ਤੋਂ ਭਾਵ ਕਿ ਜਿੱਥੇ ਮਾੜਾ ਹੈ ਉੱਥੇ ਵੀ ਪਰਮਾਤਮਾ ਹੈ, ਅਤੇ ਜਿੱਦਣ ਮਾੜੇ ਥਾਂ 'ਤੇ ਪਰਮੇਸ਼ਰ ਨੂੰ ਬੁਰਿਆਈ ਵਿੱਚੋਂ ਵੀ ਵੇਖ ਲਿਆ, ਬੁਰਿਆਈ ਵਿੱਚੋਂ ਪਾਸੇ ਹੋਣੀ ਵੱਖਰੀ ਹੋਣੀ ਸ਼ੁਰੂ ਹੋ ਜਾਏਗੀ। ਕਿਉਂਕਿ ਜਦੋਂ ਅਸੀਂ ਦੋ ਚੀਜ਼ਾਂ ਨੂੰ ਨਖੇੜਦੇ ਹਾਂ, ਅਸੀਂ ਦੋਵਾਂ ਨੂੰ ਬੜੇ ਧਿਆਨ ਨਾਲ ਵੇਖਦੇ ਹਾਂ। ਜਦੋਂ ਆਟਾ ਛਾਣੀਦਾ, ਛਾਂਦਨੀ ਦੇ ਵਿੱਚ ਪਾ ਕੇ ਉਹਨੂੰ ਹਿਲਾਇਆ ਜਾਂਦਾ, ਜਿੱਥੇ ਆਟਾ ਸ਼ੁੱਧ ਸਾਡੇ ਹੱਥ ਵਿੱਚ ਆਉਂਦਾ, ਉੱਥੇ ਸਾਨੂੰ ਫੋਕ ਵੀ ਵੇਖਣਾ ਪੈਂਦਾ, ਕੰਕਰ ਪੱਥਰ ਵੀ ਵੇਖਣੇ ਪੈਂਦੇ ਨੇ। ਤਾਂ ਜਿਉਂ ਹੀ ਇਹ ਅਕਾਲ ਉਸਤਤ ਦੇ ਮੁਤਾਬਕ ਧਿਆਨ ਪਰਮਾਤਮਾ ਵਿੱਚ ਜਾਏਗਾ ਕਿ ਹਰ ਇੱਕ ਥਾਂ 'ਤੇ ਤੂੰ ਹੈ, ਕੋਈ ਥਾਂ ਤੇਰੇ ਤੋਂ ਬਚੀ ਨਹੀਂ, ਅਤੇ ਜਿਹੜੇ ਜਿਹੜੇ ਜ਼ਿੰਦਗੀ ਦੀਆਂ ਬੁਰਿਆਈਆਂ ਨੇ, ਬੁਰਿਆਈਆਂ ਵਿੱਚੋਂ ਪਾਸੇ ਹੋਣੀਆਂ ਸ਼ੁਰੂ ਹੋ ਜਾਣਗੀਆਂ, ਡਿੱਗਣੀਆਂ ਸ਼ੁਰੂ ਹੋ ਜਾਣਗੀਆਂ, ਬੁਰਿਆਈਆਂ ਨਾਲੋਂ ਸੰਬੰਧ ਟੁੱਟਣਾ ਸ਼ੁਰੂ ਹੋ ਜਾਏਗਾ।
ਜੇ ਕਿਸੇ ਨੇ ਬੰਦਗੀ ਕਰਨੀ ਹੈ, ਜੇ ਕਿਸੇ ਨੇ ਨਿਤਨੇਮ ਕਰਨਾ ਹੈ ਤੇ ਉਹਨੂੰ ਅਕਾਲ ਉਸਤਤ ਜ਼ਰੂਰ ਪੜ੍ਹਨੀ ਚਾਹੀਦੀ ਹੈ। ਅਕਾਲ ਉਸਤਤ ਉਹ ਰਸਤੇ ਖੋਲਦੀ ਹੈ ਜਿਹਦੇ ਵਿੱਚੋਂ ਪਰਮਾਤਮਾ ਦੇ ਰਸਤੇ ਬਹੁਤ ਸਰਲ ਨਿਕਲਦੇ ਨੇ, ਤੇ ਅਕਾਲ ਉਸਤਤ ਜਿਹੜੀ ਹੈ ਉਹ ਸਾਰੇ ਦਰਵਾਜ਼ੇ ਬੰਦ ਕਰ ਦਿੰਦੀ ਹੈ ਜਿਹਦੇ ਵਿੱਚੋਂ ਆਦਮੀ ਝੂਠ ਬੋਲ ਸਕਦਾ, ਪਾਪ ਕਰ ਸਕਦਾ, ਕਿਸੇ ਨੂੰ ਧੋਖਾ ਦੇ ਸਕਦਾ। ਇਸ ਕਰਕੇ ਇਹਨਾਂ ਬਾਣੀਆਂ ਤੋਂ ਲੋਕ ਇੰਨੇ ਡਰਦੇ ਨੇ, ਕੱਲ੍ਹ ਵੀ ਸ਼ਾਇਦ ਬੇਨਤੀ ਕੀਤੀ ਸੀ, ਇਹਨਾਂ ਬਾਣੀਆਂ ਤੋਂ ਲੋਕ ਬਹੁਤ ਡਰਦੇ ਨੇ, ਗੁਰੂ ਗੋਬਿੰਦ ਸਿੰਘ ਤੋਂ ਡਰਦੇ ਨੇ, ਗੁਰੂ ਗੋਬਿੰਦ ਸਿੰਘ, ਪਰ ਗੁਰੂ ਗੋਬਿੰਦ ਸਿੰਘ ਨੂੰ ਨੇੜੇ ਹੋ ਕੇ ਪੜ੍ਹਿਆ ਨਹੀਂ ਕਿਸੇ ਨੇ, ਅਕਾਲ ਉਸਤਤ ਨੂੰ ਨੇੜੇ ਹੋ ਕੇ ਕਿਸੇ ਸੁਣਿਆ ਹੀ ਨਹੀਂ। ਮੈਂ ਪਿੱਛੇ ਜੀ ਜਾਪ ਸਾਹਿਬ ਦੀ ਤਕਰੀਬਨ 45-50 ਘੰਟਿਆਂ ਵਿੱਚ ਕਥਾ ਕੀਤੀ ਸੀ, ਅਤੇ ਦਾਸ ਜੈਪੁਰ ਗਿਆ ਸੀ, ਉੱਥੇ ਇੱਕ ਹਿੰਦੂ ਸੱਜਣ ਜੋ ਮਿਲਟਰੀ ਵਿੱਚ ਡਾਕਟਰ ਸਨ, ਬੜੇ ਵੱਡੇ ਅਹੁਦੇ ਤੋਂ ਮਿਲਣ ਵਾਸਤੇ ਆਏ, ਹਿੰਦੂ ਸਨ, ਤਾਂ ਉਹਨਾਂ ਨੇ 2-3 ਰਜਿਸਟਰ ਨਾਲ ਚੁੱਕੇ ਹੋਏ, 2-3 ਰਜਿਸਟਰ ਭਰੇ ਹੋਏ ਲਿਖ ਲਿਖ ਕੇ ਮੇਰੇ ਕੋਲ ਆ ਕੇ ਬੈਠ ਗਿਆ, ਕਹਿੰਦੇ ਮਿਲਣਾ ਚਾਹੁੰਦੇ। ਅੱਗੇ ਰਜਿਸਟਰ ਰੱਖ ਦਿੱਤੇ, ਕਹਿੰਦੇ ਆ ਜਾਪ ਸਾਹਿਬ ਦੀ ਕਥਾ ਲਿਖੀ ਹੋਈ। ਮੈਂ ਕਿਹਾ ਕਿਵੇਂ ਲਿਖੀ? ਕਹਿੰਦੇ TV 'ਤੇ ਆਉਂਦੀ ਸੀ, ਅਤੇ ਅਸੀਂ ਉਹ ਕਹਿੰਦੇ ਅਸੀਂ ਹੈਰਾਨ ਹੋ ਗਏ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਸਿਰਫ ਵਾਰੀਅਰ ਸਮਝਦੇ ਸੀ, ਸਿਰਫ ਲੜਾਕਾ ਸਮਝਦੇ ਸੀ ਕਿ ਉਹ ਤਲਵਾਰ ਰੱਖਦੇ ਨੇ, ਤੀਰ ਰੱਖਦੇ ਨੇ, ਪਰ ਜਦੋਂ ਜਾਪ ਸਾਹਿਬ ਦੀ ਅਸੀਂ ਵਿਚਾਰ ਸੁਣੀਏ, ਵਿਆਖਿਆ ਸੁਣੀਏ, ਅਤੇ ਉਹਦੇ 2 ਛੋਟੇ, ਇੱਕ ਬੱਚੀ ਸੀ, ਬੱਚਾ ਸੀ 18-18 ਸਾਲ ਦੇ, 15 ਸਾਲ ਦੇ, ਉਹ ਕਹਿੰਦੇ ਅਸੀਂ ਤਿੰਨਾਂ ਨੇ, ਉਹਦੀ ਘਰਵਾਲੀ ਨੇ, ਚੌਵਾਂ ਨੇ ਮਿਲ ਕੇ ਜਦੋਂ ਕਥਾ ਆਉਣੀ ਹੈ ਨਾਲ ਰਜਿਸਟਰ ਲੈ ਲੈਣੇ ਅਤੇ ਵਾਰੀ ਸਿਰ ਲਿਖੀ ਜਾਣਾ ਵੀ ਇੱਕ ਵੀ ਅੱਖਰ ਮਿਸ ਨਾ ਹੋਵੇ। ਮੈਂ ਹੈਰਾਨ ਹੋ ਗਿਆ ਵੇਖ ਕੇ। ਉਹ ਸਾਰੀ ਜਿਹੜੀ ਵਿਚਾਰ ਸੀ, ਜਿਹੜੀ ਕਥਾ ਸੀ, ਉਹਨਾਂ ਨੇ ਰਜਿਸਟਰਾਂ ਦੇ ਉੱਤੇ ਲਿਖੀ ਹੋਈ ਟੋਟਲ ਜਾਪ ਸਾਹਿਬ। ਉਹ ਕਹਿੰਦੇ ਅਬ ਪਤਾ ਲੱਗਾ ਹੈ ਗੁਰੂ ਗੋਬਿੰਦ ਸਿੰਘ ਕੌਣ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੋਂ ਜੇ ਅਸੀਂ ਕਿਤੇ ਬਾਹਰ ਲੈ ਆਈਏ ਚੀਜ਼ਾਂ ਜਿਹਦੇ ਉੱਤੇ ਅੱਜ ਸਾਡੇ ਹੀ ਲੋਕ ਆਪਣੇ ਆਪ ਨੂੰ ਜਾਗਰੂਕ ਕਹਿਣ ਵਾਲੇ, ਆਪਣੇ ਆਪ ਨੂੰ ਜਿਨ੍ਹਾਂ ਨੇ ਕੋਈ ਅੱਗਾ ਪਿੱਛਾ ਪੜ੍ਹਿਆ ਨਹੀਂ, ਜਿਹੜੀ ਪੰਕਤੀ ਅੱਗੇ ਆ ਗਈ ਉਹਨੂੰ ਪੜ੍ਹ ਕੇ ਅਤੇ ਉਸੇ ਵੇਲੇ ਟੇਪ ਕਰ ਦਿੱਤਾ ਇੰਟਰਨੈਟ 'ਤੇ, ਆਹ ਵੇਖੋ ਆਹ ਲਿਖਿਆ ਹੋਇਆ। ਮੇਰੇ ਖਿਆਲ ਵਿੱਚ ਇੰਨਾ ਆਦਮੀ ਅਪਰਾਧੀ ਹੋਰ ਕੋਈ ਨਹੀਂ ਹੋਵੇਗਾ ਜਿਹੜੇ ਆਪਣੇ ਪਿਤਾ ਦੀ ਅੱਧੀ ਗੱਲ ਨੂੰ ਲੋਕਾਂ ਦੇ ਸਾਹਮਣੇ ਕਹਿ ਰਿਹਾ ਅਤੇ ਅੱਧੀ ਨੂੰ ਪਾਸੇ ਕਰ ਰਿਹਾ। ਇਹਦੇ ਤੋਂ ਵੱਡਾ ਅਪਰਾਧੀ ਹੋਰ ਕੋਈ ਨਹੀਂ, ਬਦਲ ਕੇ ਕਹਿ ਰਿਹਾ ਗੱਲ ਨੂੰ, ਤਬਦੀਲੀ ਕਰਕੇ ਕਹਿ ਰਿਹਾ, ਅੱਧੀ ਗੱਲ ਢੱਕ ਲਈ, ਪਿੱਛੋਂ ਵੀ ਛੱਡ ਦਿੱਤੀ, ਅੱਗੋਂ ਵੀ ਛੱਡ ਦਿੱਤੀ, ਵਿਚਲੀ ਇੱਕ ਪੰਕਤੀ ਚੁੱਕੀ ਅਤੇ ਬੈਨਰਾਂ 'ਤੇ ਲਿਖ ਕੇ ਸਾਰੀ ਦੁਨੀਆਂ ਵਿੱਚ ਜਲੂਸ ਕੱਢਿਆ, ਵੇਖੋ ਆਹ ਪੜ੍ਹਦੇ ਜੇ ਸਿੱਖ ਬਾਣੀ। ਇੰਨਾ ਅਪਰਾਧੀ ਆਦਮੀ ਹੋਰ ਕੋਈ ਨਹੀਂ ਹੋਏਗਾ। ਤਾਂ ਸਤਿਗੁਰੂ ਜੀ ਨੇ ਇੱਕ ਐਸੀ ਜੁਗਤ ਦੱਸੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਹਿੰਦੇ ਕੋਈ ਥਾਂ ਐਸੀ ਨਹੀਂ ਹੈ। ਅੱਜ ਦਾ ਸ੍ਰੀ ਮੁੱਖ ਵਾਕ ਵੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਜੈ ਜੈ ਪੇਖੋਂ, ਜਿੱਥੇ ਜਿੱਥੇ ਵੀ ਮੈਂ ਵੇਖਦਾ, ਅਤੇ ਵੇਖਦਾ ਇਕੱਲੀ ਚੰਗੇ ਪਾਸੇ ਥੋੜ੍ਹੀ ਵੇਖਦਾ, ਬੰਦਾ ਮਾੜੇ ਪਾਸੇ ਵੀ ਵੇਖਦਾ ਹੀ ਹੈ। ਜੈ ਜੈ ਪੇਖੋਂ, ਜਿੱਥੇ ਜਿੱਥੇ ਮੈਂ ਵੇਖਦਾ ਹਾਂ ਤੈ ਹਜ਼ੂਰ, ਉੱਥੇ ਹੀ ਉਹਦੀ ਹਜ਼ੂਰੀ ਹੈ, ਉੱਥੇ ਹੀ ਪਰਮੇਸ਼ਰ ਮੇਰੇ ਸਾਹਮਣੇ ਬੈਠਾ ਹੈ, ਮੇਰੇ ਕੋਲ ਬੈਠਾ ਹੋਇਆ। ਪਰ ਉਹਦੇ ਨਾਲ ਰਹਿਣਾ ਬਹੁਤ ਔਖਾ ਹੈ, ਪਰ ਉਹਦੇ ਨਾਲ ਰਹਿਣ ਤੋਂ ਬਿਨਾਂ ਦੁੱਖ ਨਹੀਂ ਹਟਣੇ, ਉਹਦੇ ਨਾਲ ਰਹਿਣ ਤੋਂ ਬਿਨਾਂ ਕਾਰਜ ਸਫਲ ਨਹੀਂ ਹੋਣੇ। ਆਹ ਬੜੀ ਸੁੰਦਰ ਕਹਾਣੀ ਹੈ। ਕੋਈ ਦੁਕਾਨਦਾਰ ਆਮ ਤੌਰ 'ਤੇ ਦੁਕਾਨਾਂ ਦੇ ਉੱਤੇ ਇੱਕ ਛੋਟਾ ਜਿਹਾ ਖਾਨਾ ਬਣਾਇਆ ਹੁੰਦਾ, ਉਹਦੇ ਵਿੱਚ ਆਪੋ ਆਪਣਾ ਪੂਜਨੀਕ, ਜਿਹਨੂੰ ਕੋਈ ਪੂਜਦਾ ਉਹ ਦੇਵਤਾ ਰੱਖਿਆ। ਇੱਕ ਦੁਕਾਨਦਾਰ ਸਵੇਰੇ ਸਵੇਰੇ ਦੁਕਾਨ ਖੋਲ੍ਹ ਕੇ ਆਪਣੇ ਦੇਵਤੇ ਨੂੰ ਧੂਪ ਦੇ ਰਿਹਾ ਸੀ ਵੀ ਦੁਕਾਨ ਸ਼ੁਰੂ ਕਰਨੀ ਹੈ ਅਤੇ ਸਾਰਾ ਦਿਨ ਠੀਕ ਚੱਲੇਗੀ। ਉਹ ਅਰਦਾਸ ਕਰ ਰਿਹਾ ਸੀ, ਧੂਪ ਲਾ ਰਿਹਾ ਸੀ ਉਹ ਖਾਨੇ ਵਿੱਚ, ਦਰਵਾਜ਼ਾ ਜਿਹਾ ਖੋਲ੍ਹ ਕੇ, ਬਾਰੀ ਖੋਲ੍ਹ ਕੇ, ਪਿੱਛੋਂ ਕੋਈ ਫਕੀਰ ਲੰਘਿਆ, ਰੱਬ ਦੇ ਪਿਆਰ ਵਿੱਚ ਰੰਗਿਆ, ਉਹ ਰੁਕ ਗਿਆ ਦੁਕਾਨ 'ਤੇ। ਉਹਨੇ ਕਿਹਾ ਕੀ ਕਰ ਰਹੇ ਹੋ? ਕਹਿੰਦੇ ਮੈਂ ਆਪਣੇ ਪਰਮਾਤਮਾ ਤੋਂ ਦੁਕਾਨ ਖੋਲ੍ਹਣ ਦੀ ਇਜਾਜ਼ਤ ਮੰਗ ਰਿਹਾ ਕਿ ਮੈਂ ਕੰਮ ਸ਼ੁਰੂ ਕਰਨ ਲੱਗਾ, ਮੇਰੀ ਸਹਾਇਤਾ ਕਰਨੀ। ਉਹ ਪੱਥਰ ਦਾ ਸੀ ਪਰਮਾਤਮਾ, ਉਹ ਸਾਧੂ ਸੀ ਬਰਕਤ ਵਾਲਾ, ਉਹਦੇ ਵਿੱਚ ਕਲਾ ਸੀ, ਉਹਨੇ ਪਰਮਾਤਮਾ ਨੂੰ ਜਾਣਿਆ ਸੀ, ਪਾ ਲਿਆ ਸੀ, ਉਹਦੇ ਵਿੱਚ ਬੜੀ ਵੱਡੀ ਕਲਾ ਸੀ। ਉਹਨੇ ਆਪਣੀ ਕਲਾ ਦਾ ਇੱਕ ਹਿੱਸਾ ਆਪਣੀ ਜੇਬ ਵਿੱਚੋਂ ਛੋਟਾ ਜਿਹਾ ਇੱਕ ਟੁਕੜਾ ਕੱਢਿਆ
ਤੇ ਉਹਨੂੰ ਕਿਹਾ ਜੇ ਤੂੰ ਚਾਹੇ ਤੇ ਮੈਂ ਤੈਨੂੰ ਇੱਕ ਪਰਮਾਤਮਾ ਦਿਆਂ, ਤੂੰ ਇਹਨੂੰ ਆਪਣੀ ਦੁਕਾਨ ਵਿੱਚ ਰੱਖਿਆ ਕਰ। ਹੁਣ ਕੋਈ ਦਇਆ ਤੇ ਸੰਸਾਰੀ ਲਵੇ ਨਾ, ਇਹ ਤੇ ਹੋ ਹੀ ਨਹੀਂ ਸਕਦਾ। ਉਹਨੇ ਕਿਹਾ ਚਲੋ ਕੁਝ ਨਾ ਕੁਝ ਹੋਵੇਗੇ ਨਾ, ਲੈਣ ਵਿੱਚ ਕੀ ਹਰਜ ਹੈ। ਤੇ ਪਹਿਲਾਂ ਵੀ ਸੀ ਦੇਵਤਾ ਉੱਥੇ, ਪਰ ਇੱਕ ਸਾਧੂ ਦੇ ਰਿਹਾ। ਉਹਨੇ ਕਿਹਾ ਕੋਈ ਗੱਲ ਨਹੀਂ, ਲੈਣ ਵਿੱਚ ਕੀ ਹਰਜੇ, ਦੇਣ ਵਿੱਚ ਹੀ ਹਰਜੇ ਨਾ। ਦੇਣਾ ਔਖਾ ਹੈ, ਲੈਣਾ ਤੇ ਕੋਈ ਔਖਾ ਨਹੀਂ। ਪਰ ਉਹਨੂੰ ਨਹੀਂ ਸੀ ਪਤਾ, ਕੁਝ ਲੋਕ ਐਸੇ ਨੇ ਜਿਨ੍ਹਾਂ ਕੋਲੋਂ ਲੈ ਕੇ ਵੀ ਆਦਮੀ ਫਸ ਜਾਂਦਾ। ਇਸ ਲਈ ਆਪਾਂ ਗੁਰੂ ਕੋਲੋਂ ਵੀ ਛਾਣ ਕੇ ਮੰਗਦੇ ਹਾਂ, ਛਾਣ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਜਦੋਂ ਮੰਗਦੇ ਹਾਂ, ਸੱਚ ਜਾਣੋ ਛਾਨਣੀ ਸਾਡੇ ਕੋਲ ਹੀ ਹੁੰਦੀ ਹੈ। ਅਸੀਂ ਕਹਿੰਦੇ ਹਾਂ ਜੋ ਸਾਨੂੰ ਚੰਗਾ ਲੱਗਦਾ ਉਹ ਦੇ ਦੇ, ਬਾਕੀ ਤੂੰ ਆਪਣੇ ਕੋਲ ਰੱਖ ਲੈ। ਮਾਇਆ ਸਾਨੂੰ ਦੇ ਦੇ ਤੇ ਸਿੱਖੀ ਆਪਣੇ ਕੋਲ ਹੀ ਰੱਖ, ਉਹ ਨਹੀਂ ਸਾਨੂੰ ਚਾਹੀਦੀ। ਇਸ ਤਰ੍ਹਾਂ ਲੈਣਾ ਸੌਖਾ। ਉਹ ਦੁਕਾਨਦਾਰ ਨੂੰ ਪਤਾ ਨਹੀਂ ਸੀ ਵੀ ਇਹ ਜਿਹੜਾ ਦੇ ਰਿਹਾ ਇਹਦੇ ਵਿੱਚ ਕੀ ਹੈ। ਉਹ ਕਹਿੰਦੇ ਜੀ ਲਿਆਓ ਸਤ ਬਚਨ ਸਤ ਸ਼ੁਕਰ ਹੈ, ਤੁਸੀਂ ਕੁਝ ਦਿੱਤਾ ਹੈ। ਉਹ ਟੁਕੜਾ ਫੜ ਕੇ ਉਹਨੇ ਉੱਥੇ ਰੱਖ ਲਿਆ, ਸਾਧੂ ਚਲਾ ਗਿਆ। ਉਹ ਜਿਹੜਾ ਟੁਕੜਾ ਸੀ ਪੱਥਰ ਦਾ, ਉਹ ਕਲਾ ਦੀ ਕਲਾ ਸੀ, ਉਹਦੇ ਵਿੱਚ ਬਰਕਤ ਸੀ। ਹੁਣ ਉਹ ਜਦੋਂ ਦੁਕਾਨਦਾਰ ਸੌਦਾ ਤੋਲਦਾ ਹੈ ਤੇ ਉਸ ਪੱਥਰ ਵਿੱਚੋਂ ਆਵਾਜ਼ ਆਉਂਦੀ ਹੈ, ਠੀਕ ਤੋਲੋ। ਜਦੋਂ ਤੋਲਦਾ ਉਹ ਤਾਂ ਕਹਿੰਦੇ ਠੀਕ ਤੋਲੋ ਇਹਦੇ ਵਿੱਚੋਂ। ਉਹ ਕਹਿੰਦਾ ਵੀ ਇਹ ਤੇ ਬਹੁਤ ਵੱਡਾ ਪੁਆੜਾ ਗਲ ਵਿੱਚ ਪਾ ਲਿਆ। ਸਾਰਾ ਦਿਨ ਉਹ ਬੋਲਦਾ ਰਿਹਾ, ਜਦੋਂ ਤੋਲੇ ਉਦੋਂ ਪਿੱਛੋਂ ਆਵਾਜ਼ ਮਾਰਦਾ ਵੀ ਠੀਕ ਕਰੀ। ਉਹ ਬੜਾ ਤੰਗ ਹੋਇਆ ਵੀ ਕਰੀਏ ਕੀ, ਹੁਣ ਡਰ ਵੀ ਗਿਆ, ਵਗਾਉਣ ਜੋਗਾ ਵੀ ਕੋਈ ਨਹੀਂ, ਵੀ ਜਿਹੜਾ ਬੋਲਦਾ ਕਿਤੇ ਵਗਾਈਏ ਤੇ ਹੋਰ ਨਾ ਪੁਆੜਾ ਗਲ ਪੈ ਜਾਏ, ਕੋਈ ਸ਼ਰਾਬ ਹੀ ਨਾ ਦੇ ਦੇ। ਫਸ ਗਿਆ, ਬੜਾ ਤੰਗ ਰਿਹਾ ਸਾਰਾ ਦਿਨ। ਤੇ ਉਹ ਸ਼ਾਮ ਨੂੰ ਜਦੋਂ ਦੁਕਾਨ ਬੰਦ ਕਰ ਰਿਹਾ ਸੀ, ਸਾਧੂ ਫਿਰ ਉੱਥੋਂ ਨਿਕਲਿਆ। ਤੇ ਜਦੋਂ ਸਾਧੂ ਜਾ ਰਿਹਾ ਸੀ ਤੇ ਉਹਨੇ ਬੜੀ ਉੱਚੀ ਆਵਾਜ਼ ਦਿੱਤੀ ਪਿੱਛੋਂ ਸੱਦ ਕੇ, ਤੇ ਉਹ ਜਿਹੜਾ ਪੱਥਰ ਦਾ ਟੁਕੜਾ ਸਾਧੂ ਦੇ ਕੇ ਗਿਆ ਸੀ ਉਹਨੂੰ ਚੁੱਕਿਆ ਤੇ ਜਾ ਕੇ ਸਾਧੂ ਦੇ ਅੱਗੇ 100 ਦਾ ਨੋਟ ਰੱਖ ਕੇ ਮੱਥਾ ਟੇਕਿਆ। ਕਹਿੰਦੇ ਜੀ ਆਹ ਆਪਣਾ ਭਗਵਾਨ ਲੈ ਜਾਓ, ਮੈਨੂੰ ਨਹੀਂ ਵਾਰਾ ਖਾਂਦਾ ਤੇ ਬੋਲਦਾ ਹੈ, ਇਹ ਤੁਸੀਂ ਆਪਣੇ ਕੋਲ ਹੀ ਰੱਖੋ, ਇਹ ਨਹੀਂ ਮੈਨੂੰ ਚਾਹੀਦਾ। ਕਹਿੰਦੇ ਹੋਰ ਕਿਹੜਾ ਚਾਹੀਦਾ? ਕਹਿੰਦੇ ਉਹ ਆਪਣੇ ਵਾਲਾ ਠੀਕ ਹੈ, ਸਾਰੀ ਉਮਰ ਰੱਖਿਆ, ਜਦੋਂ ਜੀ ਕਰਦਾ ਤਾਕੀ ਖੋਲ ਕੇ ਧੂਪ ਲਾ ਦੀ, ਨਹੀਂ ਕਹਿੰਦਾ ਕੁਝ ਵੀ ਨਹੀਂ, ਸਾਰਾ ਦਿਨ ਝੂਠ ਬੋਲੋ, ਜੋ ਮਰਜ਼ੀ ਕਰੋ। ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਨਹੀਂ ਮੰਨਦੇ। ਉਹ ਕਹਿੰਦੇ ਉਹ ਤੇਰੇ ਨਾਲ ਹੈ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ, ਜੈ ਜੈ ਵੇਖੋ ਤੈ ਹਜ਼ੂਰ, ਦੂਰ ਕਤ ਹੂੰ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਉਹਦਾ ਧਿਆਨ ਸਦਾ ਕਰ ਹੇ ਮੇਰੇ ਮਨ, ਜੋ ਤੇਰੇ ਕੋਲ ਹੈ, ਤੇਰੇ ਤੋਂ ਦੂਰ ਨਹੀਂ ਹੈ, ਤੇਰੇ ਬਿਲਕੁਲ ਨਾਲ ਰਹਿੰਦਾ। ਇਹ ਉਹਦੀ ਬੜੀ ਖੇਡ ਹੈ, ਬੜਾ ਉਹਦਾ ਤਮਾਸ਼ਾ। ਇਸ ਕਰਕੇ ਭੱਟ ਕਹਿੰਦੇ ਨੇ ਕਿ ਵਾਹੂ ਵਾਹੂ ਕਾ ਬੜਾ ਤਮਾਸ਼ਾ, ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘਟ ਘਟ ਵਾਸਾ। ਸਾਰਿਆਂ ਥਾਵਾਂ ਤੇ ਆਪ ਹੀ ਸਮਾਇਆ ਹੋਇਆ, ਆਪਣੀ ਰਚਨਾ ਦੇ ਵਿੱਚ ਬੈਠਾ ਹੋਇਆ। ਭੱਟਾਂ ਦੇ ਕੁਝ ਬਚਨ ਪੜ੍ਹ ਕੇ ਅਰਥਾਂ ਵੱਲ ਤੁਰੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਇਹ ਸਾਰੀ ਰਚਨਾ ਤੇਰੀ ਹੈ। ਸਾਰੀ ਰਚਨਾ ਦੇ ਵਿੱਚ ਤੂੰ ਆਪ ਹੀ ਟਿਕ ਕੇ ਬੈਠਾ ਹੋਇਆ, ਸਾਰੀ ਵਿੱਚ ਆਪ ਹੀ ਸਮਾਇਆ ਹੋਇਆ। ਕਲਗੀਧਰ ਪਾਤਸ਼ਾਹ ਅਕਾਲ ਪੁਰਖ ਨੂੰ ਜਦੋਂ ਜਿੱਥੋਂ ਜਾਪ ਸਾਹਿਬ ਸ਼ੁਰੂ ਕਰਦੇ ਨੇ, ਜਿਹੜਾ ਅਕਾਲ ਉਸਤਤ ਦਾ ਹੀ ਅੰਗ ਹੈ, ਉਹਦੇ ਵਿੱਚ ਕਹਿੰਦੇ ਨੇ ਹੇ ਵਾਹਿਗੁਰੂ ਤੇਰਾ ਕੋਈ ਚੱਕਰ ਨਹੀਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਤੇਰਾ ਕੋਈ ਚੱਕਰ ਨਹੀਂ, ਕੋਈ ਤੇਰਾ ਚਿੰਨ ਨਹੀਂ, ਜਿੱਥੋਂ ਤੂੰ ਲੰਘਣਾ ਤੇਰੇ ਪੈਰਾਂ ਦੇ ਕੋਈ ਨਿਸ਼ਾਨ ਨਹੀਂ ਲੱਗਦੇ, ਪਰ ਤੂੰ ਤੁਰਦਾ ਵੀ ਹੈ, ਤੇਰੇ ਪੈਰ ਵੀ ਹਨ ਪਰ ਨਿਸ਼ਾਨ ਕਿਤੇ ਨਹੀਂ ਲੱਗਦਾ। ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ
ਕੋ ਕਹਿ ਨਾ ਸਕਤ ਕੇ, ਤੇਰਾ ਕੋਈ ਰੂਪ ਰੰਗ ਨਹੀਂ ਕਹਿ ਸਕਦਾ, ਤੇਰਾ ਕੋਈ ਸਰੀਰ ਨਹੀਂ ਕਹਿ ਸਕਦਾ, ਤੂੰ ਕੌਣ ਹੈ? ਫਿਰ ਪੁੱਛਿਆ ਜੀ, ਫਿਰ ਤੁਸੀਂ ਤਾਂ ਉਹਦੀ ਕੋਈ ਨਿਸ਼ਾਨੀ ਤੇ ਦੱਸੋ ਜਿਹਦਾ ਰੂਪ ਨਹੀਂ, ਜਿਹਦਾ ਕੋਈ ਰੰਗ ਨਹੀਂ। ਤਾਂ ਮਹਾਰਾਜ ਕਹਿੰਦੇ ਅਚਲ ਮੂਰਤ, ਉਹ ਅਚਲ ਮੂਰਤ ਹੈ, ਉਹਦੀ ਇੱਕ ਮੂਰਤ ਵੀ ਹੈ, ਅਮੂਰਤ ਨਹੀਂ ਪਰਮਾਤਮਾ, ਉਹਦੀ ਇੱਕ ਮੂਰਤ ਹੈ, ਅਕਾਲ ਮੂਰਤ ਹੈ, ਉਹਦੀ ਮੂਰਤੀ ਹੈ, ਪਰ ਉਹ ਅਚਲ, ਕਦੀ ਨਾਸ਼ ਨਹੀਂ ਹੁੰਦੀ। ਅਚਲ ਮੂਰਤ ਅਨੁਭਵ ਪ੍ਰਕਾਸ਼, ਅਨੁਭਵ ਮੈਨੇ ਤਜਰਬਾ, ਉਹ ਤਜਰਬੇ ਚਾਹੁੰਦਾ ਹੈ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹ ਅਹਿਸਾਸ ਵਿੱਚ ਆਉਂਦਾ ਹੈ। ਹੁਣ ਜਿਹਦੇ ਅੰਦਰ ਅਹਿਸਾਸ ਹੀ ਨਹੀਂ ਜਾਗਿਆ, ਫੀਲਿੰਗ ਨਹੀਂ ਜਾਗੀ, ਪ੍ਰਤੀਤੀ ਨਹੀਂ ਜਾਗਦੀ, ਪਰਮਾਤਮਾ ਦੇ ਰਸਤੇ ਦੇ ਉੱਤੇ ਉਹਦੇ ਵਾਸਤੇ ਕਾਲਾ ਅਕਸ਼ਰ ਬੈਂਸ ਬਰਾਬਰ ਹੈ, ਕੁਝ ਵੀ ਨਹੀਂ, ਫੀਲਿੰਗ ਤੇ ਹੈ ਹੀ ਨਹੀਂ, ਬਸ ਸੋਚ ਵਿਚਾਰ ਹੈ ਇਕੱਲੀ। ਇਸ ਕਰਕੇ ਫੀਲਿੰਗ ਪ੍ਰਤੀਤੀ ਕਰਦਾ ਹਿਰਦਾ, ਹਿਰਦੇ ਤੋਂ ਬਿਨਾਂ ਪਰਮਾਤਮਾ ਦੇ ਮਾਰਗ ਤੇ ਕੋਈ ਇੱਕ ਕਦਮ ਵੀ ਨਹੀਂ ਤੁਰ ਸਕਦਾ। ਇਕੱਲੇ ਵਿਚਾਰਵਾਨ, ਇਕੱਲੇ ਬੁੱਧੀਜੀਵੀ ਪਰਮਾਤਮਾ ਦੇ ਮਾਰਗ ਤੇ ਨਹੀਂ ਤੁਰਦੇ, ਪਰਮਾਤਮਾ ਦੇ ਦਰਵਾਜ਼ੇ ਅੱਗੇ ਬੈਠ ਕੇ ਸਾਰੀ ਉਮਰ ਜ਼ਰੂਰ ਗੁਜ਼ਾਰ ਸਕਦੇ ਨੇ, ਬੁੱਧੀ ਉੱਥੇ ਜਾਂਦੀ ਨਹੀਂ, ਉੱਥੇ ਸੋਚ ਵਿਚਾਰ ਨਹੀਂ ਲੈ ਕੇ ਜਾ ਸਕਦੀ, ਉੱਥੇ ਤਾਂ ਭਾਵਨਾ ਜਾਂਦੀ ਹੈ, ਉੱਥੇ ਤਾਂ ਹਿਰਦਾ ਜਾਂਦਾ ਹੈ, ਉਹਦੇ ਦਰ ਦੇ ਵਿੱਚ ਸਫ਼ਰ ਹੋ ਹੀ ਨਹੀਂ ਸਕਦਾ ਭਾਵਨਾ ਤੋਂ ਬਿਨਾਂ, ਹਿਰਦੇ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਉਸ ਮਾਰਗ ਤੇ ਜਾ ਹੀ ਨਹੀਂ ਸਕਦਾ। ਤਜਰਬੇ ਵਿੱਚ ਆਉਂਦਾ ਹੈ ਉਹ ਅਨੁਭਵ ਪ੍ਰਕਾਸ਼, ਅਮਿਤ ਓਜ ਕਹੀਜੈ, ਇਹ ਦੋ ਲਫ਼ਜ਼ਾਂ ਦਾ ਜੋੜ ਹੈ, ਅਮਿਤ ਜਮਾਂ ਓਜ, ਓਜ ਮੈਨੇ ਸ਼ਕਤੀ, ਅਮਿਤ ਮੈਨੇ ਜਿਹਨੂੰ ਮਿਣਿਆ ਨਾ ਜਾ ਸਕੇ, ਉਹਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਅਮਿਤ ਸ਼ਕਤੀ ਦਾ ਮਾਲਕ ਹੈ, ਅਮਿਤੋਜ ਕਹਿਜੈ। ਫਿਰ ਅੱਗੇ ਬਚਨ ਕੀਤਾ, ਕਹਿੰਦੇ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ, ਤ੍ਰੇ ਭਵਨ ਮਹੀਪ ਸੁਰ ਨਰ ਅਸੁਰ। ਅੱਗੇ ਇੱਕ ਬਚਨ ਕਿਹਾ, ਨੇਤ ਨੇਤ ਬਨ ਤ੍ਰਿਣ ਕਹਿਤ, ਆ ਜਿਹੜੇ ਪੱਤੇ ਨੇ ਨਾ ਜਿਹੜੇ ਰੁੱਖਾਂ ਦੇ, ਇਹ ਵੀ ਉਹਦਾ ਨਾਮ ਜਪ ਰਹੇ ਨੇ, ਬਣ ਤ੍ਰਿਣ, ਬਣ ਮੈਨੇ ਜੰਗਲ, ਤ੍ਰਿਣ ਮੈਨੇ ਸੁੱਕਾ ਘਾਹ। ਜਦੋਂ ਅਸੀਂ ਕਿਤੇ ਸੁੱਕੇ ਪੱਤਿਆਂ ਦੇ ਉੱਤੇ ਪੈਰ ਰੱਖਦੇ ਹਾਂ ਤੇ ਉਹਨਾਂ ਸੁੱਕੇ ਪੱਤਿਆਂ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਉਹਨਾਂ ਦੇ ਟੁੱਟਣ ਦੀ, ਉਹ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ, ਉਹਨੂੰ ਧਿਆਨ ਨਾਲ ਸੁਣਨਾ ਚਾਹੀਦਾ। ਬਣ ਤ੍ਰਿਣ ਕਹਿਤ, ਉਹ ਵੀ ਤੈਨੂੰ ਕਹਿ ਰਹੇ ਨੇ, ਉਹ ਵੀ ਤੈਨੂੰ ਪੁਕਾਰ ਰਹੇ ਨੇ, ਕਿਉਂਕਿ ਅਕਾਲ ਪੁਰਖ ਦੀ ਇੱਕੋ ਹੀ ਪਰੂਫ ਹੈ, ਜਿੱਥੇ ਜਿੱਥੇ ਆਵਾਜ਼ ਹੈ ਉੱਥੇ ਪਰਮੇਸ਼ਰ ਬੋਲ ਰਿਹਾ ਹੈ, ਜਿੱਥੇ ਜਿੱਥੇ ਕਿਸੇ ਦੇ ਵਿੱਚੋਂ ਕੋਈ ਸ਼ਬਦ ਨਿਕਲ ਰਿਹਾ ਹੈ, ਆਵਾਜ਼ ਆ ਰਹੀ ਹੈ, ਉੱਥੇ ਅਕਾਲ ਪੁਰਖ ਦੀ ਹੀ ਆਵਾਜ਼ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਾਰੇ ਥਾਵਾਂ 'ਤੇ ਮੌਜੂਦ ਹੈ, ਕਿਸੇ ਕਿਸੇ ਰੂਪ ਦੇ ਵਿੱਚ, ਕਿਹੜੀ ਥਾਂ 'ਤੇ ਕਿਹੜੇ ਰੂਪ ਵਿੱਚ। ਕਲਗੀਧਰ ਪਾਤਸ਼ਾਹ ਇੱਕ ਇੱਕ ਬਚਨ ਕਹਿ ਰਹੇ ਨੇ, ਆਓ ਪਿਆਰ ਨਾਲ ਸਰਵਣ ਕਰੀਏ। ਹਜ਼ੂਰ ਕਹਿੰਦੇ ਕਹੂੰ ਗੀਤ ਕੇ ਗਵਈਆ, ਕਿਤੇ ਤੂੰ ਬੜਾ ਮਧੁਰ, ਬਹੁਤ ਮਿੱਠਾ ਗੀਤ ਗਾ ਰਿਹਾ ਹੈ, ਤੂੰ ਬੜਾ ਸੋਹਣਾ ਗਵਈਆ ਹੈ। ਹੁਣ ਇੱਥੇ ਗੀਤ ਗਾਉਣ ਦਾ ਮਤਲਬ ਇਹ ਨਹੀਂ ਕਿ ਗੀਤ ਵਿੱਚ ਜੋ ਮਰਜ਼ੀ ਗਾਈ ਜਾਓ, ਹੈ ਤਾਂ ਇਹ ਵੀ ਗੀਤ ਹੈ, ਗੁਰਬਾਣੀ ਜਿਹੜੀ ਹੈ ਨਾ, ਗੁਰਬਾਣੀ ਵੀ ਗੀਤ ਹੈ। ਮੈਂ ਬਾਣੀ ਦੇ ਵਿੱਚੋਂ ਤੁਕ ਪੜ੍ਹਦੇ ਹਾਂ, ਕਿਉਂਕਿ ਅੱਜ ਕੱਲ੍ਹ ਸ਼ੰਕੇ ਬਹੁਤ ਜ਼ਿਆਦਾ ਨੇ ਵੀ ਗੀਤ ਕਹਿ ਦਿੱਤਾ ਜੀ ਗੁਰਬਾਣੀ ਨੂੰ, ਇਹ ਬੜੀ ਸਮੱਸਿਆ ਆ ਗਈ ਅੱਜ ਕੱਲ੍ਹ। ਇੱਕ ਇੱਕ ਲਫ਼ਜ਼ ਕਹਿਣਾ ਹੋਵੇ ਤੇ ਨਾਲ ਪੰਜ ਉਹਦੇ ਪ੍ਰਮਾਣ ਦਿਓ, ਪਹਿਲਾਂ ਇਹ ਨਹੀਂ ਸੀ। ਪਹਿਲਾਂ ਕਿਉਂ, ਦੋ ਤਰ੍ਹਾਂ ਦੇ ਲੋਕ ਸਨ, ਇੱਕ ਤੇ ਉਹ ਜਿਹੜੇ ਕਹਿੰਦੇ ਸਨ ਵੀ ਇਹ ਬੰਦਾ ਜਿਹੜਾ ਬੈਠਾ ਇਹਨੇ ਕੋਈ 2-4 ਸਾਲ ਲਾਏ ਨੇ, ਜੋ ਕਹਿੰਦਾ ਕਿਤੇ ਉਹ ਪੜ੍ਹਿਆ ਹੋਵੇਗਾ ਨਾ, ਭਰੋਸਾ ਹੈ ਸੀ ਪਹਿਲਾਂ। ਦੂਜੀ ਗੱਲ, ਜਿਹੜੇ ਸਵਾਲ ਪੁੱਛਦੇ ਸਨ ਉਹ ਪੜ੍ਹਦੇ ਸਨ, ਉਹਨਾਂ ਨੇ ਕੁਝ ਅੱਗੋਂ ਪਿੱਛੋਂ ਪੜ੍ਹਿਆ ਹੁੰਦਾ ਸੀ, ਇਸ ਕਰਕੇ ਉਹਨਾਂ ਨੂੰ ਦੱਸਣਾ ਵੀ ਸੌਖਾ ਸੀ। ਹੁਣ ਮੈਂ ਤਾਂ ਕਹਿ ਰਿਹਾ ਵੀ ਗੀਤ ਕਿਹਾ ਹੈ, ਇਹ ਵੀ ਭੁਲੇਖਾ ਪੈ ਸਕਦਾ। ਵੇਖੋ ਜੀ, ਗੀਤ ਕਹਿ ਦਿੱਤਾ ਜੀ ਗੁਰਬਾਣੀ ਨੂੰ, ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਪੜ੍ਹਿਆ ਕੁਝ ਨਹੀਂ। ਜੇ ਅਸੀਂ ਇਹ ਧਿਆਨ ਨਾਲ ਪੜ੍ਹ ਲਈਏ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਨਾਨਕ ਭਵ ਜਲ ਪਾਰ ਪਰੇ ਜੋ ਗਾਵਹਿ ਪ੍ਰਭ ਕੇ ਗੀਤ, ਪਰਮਾਤਮਾ ਦੇ ਜਿਹੜੇ ਗੀਤ ਗਾਉਂਦਾ ਹੈ। ਦੂਜੇ ਗੀਤ ਨੂੰ ਨਿਸ਼ੇਧ ਕੀਤਾ ਹੈ ਮਹਾਰਾਜ ਨੇ, ਇਹ ਗੀਤ ਨਹੀਂ ਗਾਉਣੇ, ਇਹ ਜਿਹੜੇ ਗੀਤ ਨੇ ਜਿਹੜੇ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੇ ਨੇ, ਚੀਜ਼ ਇੱਕੋ ਹੀ ਹੈ, ਇੱਕ ਚੀਜ਼ ਸਾਨੂੰ ਤੋੜਦੀ ਹੈ,
ਉਹ ਜੋੜ ਵੀ ਸਕਦੀ ਹੈ ਤੋੜ ਵੀ ਸਕਦੀ ਹੈ। ਜਿਵੇਂ ਆਹ ਦਰਵਾਜ਼ਾ ਇੱਕੋ ਹੀ ਹੈ, ਇਹ ਦਰਵਾਜ਼ੇ ਦੇ ਰਾਹੀਂ ਅਸੀਂ ਅੰਦਰ ਵੀ ਆ ਸਕਦੇ ਹਾਂ, ਇਸ ਦਰਵਾਜ਼ੇ ਦੇ ਰਾਹੀਂ ਅਸੀਂ ਬਾਹਰ ਵੀ ਜਾ ਸਕਦੇ ਹਾਂ। ਗੀਤ ਕਿਵੇਂ ਦਾ ਹੈ ਅਤੇ ਜਿਹੜੀ ਹਾਲਾਤ ਅੱਜ ਸਾਡੀ ਸਿੱਖਾਂ ਦੀ ਬਣ ਗਈ, ਅੱਜ ਜਿਹੜੀ ਹਾਲਤ ਬਣ ਗਈ ਕਿ ਗੀਤ ਅਖਾੜੇ ਲਾਉਣੇ ਅਤੇ ਉਹ ਗਾਉਣਾ ਜਿਹਦਾ ਸੰਬੰਧ ਨਾ ਸਮਾਜ ਨਾਲ, ਨਾ ਪਰਿਵਾਰ ਨਾਲ, ਨਾ ਸਿੱਖੀ ਨਾਲ, ਅਤੇ ਲੱਖਾਂ ਰੁਪਈਏ ਦੇ ਕੇ ਅਤੇ ਉੱਚੇ ਉੱਚੇ ਸਟੇਜਾਂ ਲਾ ਕੇ ਅਤੇ ਨਚਾਉਣਾ ਅਤੇ ਨੱਚਣਾ ਅਤੇ ਪੈਸੇ ਖਿਲਾਰਨੇ, ਇਹ ਸਾਡਾ ਰਿਵਾਜ਼ ਬਣ ਗਿਆ ਅੱਜ ਕੱਲ੍ਹ, ਇਹ ਸਾਡਾ ਅੱਜ ਕੱਲ੍ਹ ਰਿਵਾਜ਼ ਬਣ ਗਿਆ। ਅਤੇ ਕਈ ਥਾਵਾਂ 'ਤੇ ਐਸੀ ਗੱਲ ਹੁੰਦੀ ਹੈ ਜਿੱਥੇ ਕਹਿੰਦੇ ਪਰਿਵਾਰ ਅਤੇ ਗੁਰਸਿੱਖੇ ਚਲੋ ਸ਼ਰਾਬ 'ਤੇ ਨਹੀਂ ਦੇਣਾ, ਮਾਸ 'ਤੇ ਨਹੀਂ ਦੇਣਾ, ਚਲੋ ਘੜੀ ਡੀਜੇ 'ਤੇ ਲਾ ਹੀ ਲਈਏ, ਆ ਘੜੀ ਆ ਥੋੜ੍ਹਾ ਜਿਹਾ ਮਨੋਰੰਜਨ 'ਤੇ ਹੋਈ ਜਾਏ, ਕਹਿੰਦੇ ਇਹ 'ਤੇ ਕੋਈ ਖਾਸ ਵੱਡੀ ਗੱਲ ਨਹੀਂ, ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਅਤੇ ਗੁਰੂ ਸਾਹਿਬ ਵੱਲੋਂ ਨਿਸ਼ੇਧ ਕੀਤਾ ਗਿਆ। ਪਰ ਅੱਜ ਸਾਡੇ ਵਿੱਚ ਪ੍ਰਚਲਿਤ ਹੋ ਚੁੱਕਾ ਹੈ, ਸਾਡੇ ਵਿੱਚ ਚੱਲੀ ਜਾ ਰਿਹਾ ਸਭ ਕੁਝ। ਜਿਸ ਗੀਤ ਨੂੰ ਸੁਣ ਕਰਕੇ ਮਹਾਰਾਜੇ ਰਣਜੀਤ ਸਿੰਘ ਨੂੰ, ਸਮੇਂ ਦੇ ਬਾਦਸ਼ਾਹ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸਾਹਮਣੇ ਰੁੱਖ ਦੇ ਨਾਲ ਨੂੜ ਕੇ ਬੰਨਿਆ ਸੀ ਵੀ ਬੰਨੋ ਇਹਨੂੰ, ਇਹਨੇ ਨਾਚ ਵੇਖਿਆ, ਇਹਨੇ ਉਹ ਸੰਗੀਤ ਸੁਣਿਆ ਜਿਹੜਾ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦਾ। ਇਸ ਕਰਕੇ ਕਿਸੇ ਥਾਂ 'ਤੇ ਤੂੰ ਗੀਤ ਗਾ ਰਿਹਾ, ਕਲਗੀਧਰ ਪਾਤਸ਼ਾਹ ਕਹਿੰਦੇ ਕਹੂੰ ਗੀਤ ਕੇ ਗਵਈਆ, ਕਿਸੇ ਥਾਂ 'ਤੇ ਤੂੰ ਬੜਾ ਸੋਹਣਾ ਗਵਈਆ ਬਣ ਕੇ ਬੜੇ ਸੋਹਣੇ ਗੀਤ ਗਾ ਰਿਹਾ, ਕਹੂੰ ਬੇਨ ਕੇ ਬਜਈਆ, ਕਿਸੇ ਥਾਂ 'ਤੇ ਤੂੰ ਬੰਸਰੀ ਵਜਾ ਰਿਹਾ, ਕਿਸੇ ਥਾਂ 'ਤੇ ਕੋਈ ਸਾਜ ਵਜਾ ਰਿਹਾ, ਉਹਦੇ ਵਿੱਚ ਵੀ ਤੇਰਾ ਹੀ ਰੂਪ ਹੈ, ਕਹੂੰ ਨ੍ਰਿਤ ਕੇ ਨਚਈਆ, ਜਿੱਥੇ ਨ੍ਰਿਤ ਹੋ ਰਿਹਾ ਉੱਥੇ ਤੂੰ ਨੱਚ ਰਿਹਾ। ਇਹ ਪਿਛਲਾ ਵਿਸ਼ਾ ਸਾਰਾ ਉਸੇ ਤਰ੍ਹਾਂ ਆ ਰਿਹਾ ਕਿ ਇਹਦੇ ਵਿੱਚ ਮਹਾਰਾਜ ਇਹ ਨਹੀਂ ਕਹਿ ਰਹੇ ਕਿ ਨ੍ਰਿਤ ਉਹ ਨ੍ਰਿਤ ਜਿਹੜਾ ਸਰੀਰ ਦੀ ਨੁਮਾਇਸ਼ ਕਰਦਾ, ਜਿਹੜਾ ਵਿਕਾਰ ਪੈਦਾ ਕਰਦਾ, ਉਸ ਨਾਚ ਨੂੰ ਮਹਾਰਾਜ ਇੱਥੇ ਸਪੋਰਟ ਨਹੀਂ ਕਰ ਰਹੇ, ਪਰ ਉਹਦੇ ਅੰਦਰਲੀ ਜਿਹੜੀ ਜੋਤ, ਕਹਿੰਦੇ ਨਾਚ ਦੇ ਵਿੱਚੋਂ ਪਰਮੇਸ਼ਰ ਨੂੰ ਵੇਖ। ਇਹ ਆਪਣੇ ਸਿੱਖ ਵਾਸਤੇ ਸਹੂਲਤ ਕੀਤੀ ਕਲਗੀਧਰ ਪਾਤਸ਼ਾਹ ਨੇ ਕਿ ਜੇ ਤੇਰੇ ਸਾਹਮਣੇ ਕਿਤੇ ਨਾਚ ਆ ਵੀ ਗਿਆ ਨਾ, ਤੇ ਉਸ ਨਾਚ ਦੇ ਵਿੱਚ ਪਰਮੇਸ਼ਰ ਨੂੰ ਨੱਚਦੇ ਹੋਏ ਨੂੰ ਵੇਖ, ਕੀ ਹੋਵੇਗਾ? ਜਿਹੜਾ ਸਰੀਰ ਨੱਚ ਰਿਹਾ ਉਹਦੇ ਵਿੱਚੋਂ ਤੇਰਾ ਧਿਆਨ ਨਿਕਲ ਜਾਏਗਾ, ਤੂੰ ਵਾਸ਼ਨਾ ਤੋਂ ਬਚ ਜਾਏਗਾ ਤੇ ਪਰਮੇਸ਼ਰ ਨਾਲ ਜੁੜ ਜਾਏਗਾ। ਮਹਾਰਾਜ ਨੇ ਸੁਰੱਖਿਆ ਦਿੱਤੀ, ਸਪੋਰਟ ਦਿੱਤੀ ਹੈ ਕਿ ਜਿੱਥੇ ਵੀ ਤੇਰਾ ਮਨ ਕਿਤੇ ਵਿਕਾਰ ਵਿੱਚ ਜਾਂਦਾ ਹੈ, ਉਸ ਥਾਂ ਤੋਂ ਤੂੰ ਪਰਮਾਤਮਾ ਨੂੰ ਵੇਖ, ਉਹ ਚੀਜ਼ ਤੇਰੇ ਤੋਂ ਛੁੱਟ ਗਈ ਸੀ। ਜਿਵੇਂ ਕੱਲ੍ਹ ਆਪਾਂ ਵਿਚਾਰ ਆਈ ਸੀ ਵਿੱਚ ਕਿ ਜਿਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਕਿਤੇ ਤੂੰ ਮਦ ਪੀ ਰਿਹਾ, ਕਿਤੇ ਸ਼ਰਾਬ ਦੇ ਵਿੱਚ ਵੀ ਹੈ। ਹੁਣ ਤੁਸੀਂ ਦੱਸੋ ਵੀ ਸ਼ਰਾਬ ਦੇ ਵਿੱਚੋਂ ਜੇ ਪਰਮਾਤਮਾ ਨੂੰ ਕੋਈ ਵੇਖੇਗਾ ਸ਼ਰਾਬ ਪੀਵੇਗਾ, ਉਹਨੇ ਆਪੇ ਹੀ ਛੱਡ ਜਾਣਾ, ਉਹਨੂੰ ਕਹਿਣੇ ਨਹੀਂ ਪੈਣਾ। ਬੜੀ ਵੱਡੀ ਜੁਗਤ ਤੇ ਕਲਗੀਧਰ ਪਾਤਸ਼ਾਹ ਦੀ ਬਾਣੀ, ਇਹ ਪਤਾ ਨਹੀਂ ਕਿ ਸਾਡੇ ਸੱਜਣਾਂ ਨੂੰ ਇਹ ਗੱਲਾਂ ਕਿਵੇਂ ਸੁੱਝਦੀਆਂ ਨੇ, ਇਹਨਾਂ ਬਾਣੀਆਂ ਦੇ ਉੱਤੇ ਕਿਹੜੇ ਢੰਗ ਨਾਲ ਉਹ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ। ਇਹਨਾਂ ਬਾਣੀਆਂ ਵਿੱਚ ਤੇ ਇੰਨੀਆਂ ਗਹਿਰੀਆਂ ਜੁਗਤਾਂ ਨੇ, ਜਿਨ੍ਹਾਂ ਜੁਗਤਾਂ ਦੇ ਜੇ ਵਰਤੋਂ ਵਿੱਚ ਆ ਜਾਣ ਤੇ ਕੋਈ ਐਸੀ ਥਾਂ ਨਹੀਂ ਬਚਦੀ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਨਹੀਂ ਹੁੰਦੇ। ਇਸ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਕਿਤੇ ਤੂੰ ਨਾਚ ਕਰ ਰਿਹਾ, ਜਿੱਥੇ ਕੋਈ ਨਾਚ ਹੈ ਉੱਥੋਂ ਵੀ ਮੈਂ ਤੈਨੂੰ ਵੇਖ ਲਿਆ, ਕਹੂੰ ਨਰ ਕੋ ਆਕਾਰ ਹੋ, ਕਿਤੇ ਨਰ ਦਾ ਆਕਾਰ ਬਣਿਆ ਹੋਇਆ, ਜਿਹੜਾ ਨਰ ਮਨੁੱਖ ਹੈ ਇਹਦੇ ਆਕਾਰ ਵਿੱਚ ਵੀ ਤੂੰ ਹੀ ਹੈ, ਇਹ ਤੇਰਾ ਹੀ ਸਰੂਪ ਹੈ। ਕਹੂੰ ਵੇਦ ਬਾਣੀ, ਕਹੂੰ ਕੋਕ ਕੀ ਕਹਾਣੀ, ਕਿਤੇ ਤੂੰ ਵੇਦਾਂ ਦੀ ਬਾਣੀ ਬਣ ਕੇ ਗ੍ਰੰਥਾਂ ਦੇ ਗਿਆਨ ਦੇ ਰੂਪ ਦੇ ਵਿੱਚ ਪ੍ਰਕਾਸ਼ ਹੈ, ਕਹੂੰ ਕੋਕ ਕੀ ਕਹਾਣੀ। ਕੋਕ ਸ਼ਾਸਤਰ ਇੱਕ ਗ੍ਰੰਥ ਹੈ, ਇੱਕ ਖਾਸ ਬੰਦੇ ਵੱਲੋਂ ਲਿਖਿਆ ਗਿਆ ਕੋਕ ਸ਼ਾਸਤਰ। ਕੋਕ ਸ਼ਾਸਤਰ ਯਾਨੀ ਕਿ ਜਿਹਦੇ ਵਿੱਚ ਕਾਮ ਦੇ ਸਾਰੇ ਸਿਧਾਂਤ ਦਿੱਤੇ ਗਏ ਨੇ, ਕਾਮ ਕੀ ਹੈ ਔਰ ਵਾਸ਼ਨਾ ਕੀ ਹੈ, ਮਨੁੱਖ ਇਹਦੇ ਵਿੱਚ ਕਿਵੇਂ ਡਿੱਗਦਾ, ਇਹ ਕੋਕ ਸ਼ਾਸਤਰ ਹੈ। ਤਾਂ ਇਹ ਸਾਰੇ ਜਿਹੜੇ ਪੁਰਾਣੇ ਜਿਹੜੇ ਰਿਸ਼ੀ ਸਨ, ਜਿਹੜੇ ਆਪ ਵੀ ਗ੍ਰਸਤੀ ਨਹੀਂ ਸਨ, ਉਹਨਾਂ ਨੇ ਵੀ ਕਾਮ ਦੇ ਗ੍ਰੰਥ ਲਿਖੇ ਨੇ। ਅਸੀਂ ਉਹ ਪੁਰਾਣਾ ਨਾਂ ਅਤੇ ਅਸੀਂ ਕਿਸੇ ਦੀ ਮੰਨੀ ਗੱਲ, ਅਤੇ ਨਾ ਅਸੀਂ ਕਿਸੇ 'ਤੇ ਭਰੋਸਾ ਕੀਤਾ ਵੀ ਜੇ ਕਿਤੇ ਕਲਗੀਧਰ ਪਾਤਸ਼ਾਹ ਦੀ ਬਾਣੀ ਵਿੱਚ
ਜੇ ਕਿਤੇ ਕਾਮ ਦੀ ਗੱਲ ਆ ਗਈ ਤੇ ਇਹ ਜ਼ਿੰਦਗੀ ਦਾ ਹਿੱਸਾ ਹੈ। ਜੇ ਸਦੀਆਂ ਤੋਂ ਪੁਰਾਣੇ ਰਿਸ਼ੀ ਕਈ ਹਜ਼ਾਰਾਂ ਗ੍ਰੰਥ ਜਿਨ੍ਹਾਂ ਨੇ ਲਿਖੇ ਨੇ, ਜੇ ਉਹਨਾਂ ਨੂੰ ਵੀ ਕਾਮ ਦੇ ਗ੍ਰੰਥ ਲਿਖਣ ਦੀ ਲੋੜ ਪੈ ਗਈ, ਤੇ ਜੇ ਸਿੱਖ ਇੱਕ ਧਰਮ ਪੈਦਾ ਕੀਤਾ ਹੈ, ਸਿੱਖੀ ਇੱਕ ਬਣਾਈ ਹੈ, ਸਿੱਖ ਕੌਮ ਬਣਾਈਏ, ਤੇ ਕੌਮ ਦੇ ਆਪਣੇ ਗ੍ਰੰਥ ਚਾਹੀਦੇ ਹੁੰਦੇ ਨੇ। ਹਰ ਪ੍ਰਕਾਰ ਦਾ ਗ੍ਰੰਥ ਚਾਹੀਦਾ, ਇਕੱਲੇ ਪਰਮਾਤਮਾ ਦੇ ਗਿਆਨ ਦਾ ਗ੍ਰੰਥ ਨਹੀਂ ਚਾਹੀਦਾ, ਉਹਦੇ ਨਾਲ ਨਾਲ ਦੂਸਰੀਆਂ ਸਿੱਖਿਆਵਾਂ ਜਿਹੜੀਆਂ ਨੇ, ਸਮਾਜ ਦੀਆਂ ਸਿੱਖਿਆਵਾਂ ਨੇ, ਉਹ ਵੀ ਗ੍ਰੰਥ ਚਾਹੀਦੇ ਨੇ। ਇਸ ਕਰਕੇ ਜੇ ਕਿਤੇ ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਕਿਸੇ ਥਾਂ ਤੇ ਵੀ ਕੋਈ ਕਾਮ ਦੀ ਗੱਲ ਆਉਂਦੀ ਹੈ, ਤੇ ਉਹਦਾ ਮਤਲਬ ਇਹ ਨਹੀਂ ਗੁਰੂ ਸਾਹਿਬ ਕਾਮ ਦਾ ਪ੍ਰਚਾਰ ਕਰ ਰਹੇ ਨੇ, ਉਹ ਸਿਰਫ ਉਹਦੀ ਅਸਲੀਅਤ ਸਿਖਾ ਰਹੇ ਨੇ ਕਿ ਅਸਲੀਅਤ ਵਿੱਚ ਇਹਦੇ ਕੀ ਸਰੂਪ ਨੇ, ਇਹ ਜ਼ਿੰਦਗੀ ਵਿੱਚ ਕਿਵੇਂ ਵਰਤਿਆ ਜਾਣਾ ਚਾਹੀਦਾ, ਤੇ ਜੇ ਇਹਨੂੰ ਮਨੁੱਖ ਗਲਤ ਵਰਤੋਂ ਕਰਦਾ ਹੈ ਤੇ ਇਹਦੇ ਕੀ ਗਲਤ ਰਿਜ਼ਲਟ ਨਿਕਲਦੇ ਨੇ, ਉਹ ਗੁਰੂ ਸਾਹਿਬ ਇਹਨਾਂ ਸਾਰੀਆਂ ਗੱਲਾਂ ਵਿੱਚ ਦੱਸਦੇ ਨੇ। ਇਸ ਕਰਕੇ ਕਹਿੰਦੇ ਕਹੂੰ ਕੋਕ ਕੀ ਕਹਾਣੀ, ਕਿਤੇ ਕੋਕ ਸ਼ਾਸਤਰ ਦੀਆਂ ਕਹਾਣੀਆਂ ਤੂੰ ਲਿਖ ਰਿਹਾ, ਗਾ ਰਿਹਾ, ਵਿਚਾਰ ਰਿਹਾ। ਕਹੂੰ ਰਾਜਾ ਕਹੂੰ ਰਾਣੀ, ਰਾਜਿਆਂ ਦੇ ਵਿੱਚ ਵੀ ਤੂੰ ਹੈ ਤੇ ਕਿਤੇ ਰਾਣੀ ਦਾ ਰੂਪ ਬਣ ਕੇ ਬੈਠਾ ਹੋਇਆ, ਕੋਈ ਥਾਂ ਤੇਰੇ ਤੋਂ ਬਚਿਆ ਨਹੀਂ, ਕਈ ਰੰਗਾਂ ਦੇ ਵਿੱਚ। ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ ਹੋ, ਕਿਤੇ ਇਸਤਰੀਆਂ ਦੇ ਵੱਖਰੇ ਵੱਖਰੇ ਸਰੂਪ ਵਿੱਚ, ਕਿਤੇ ਮਨੁੱਖਾਂ ਦੇ ਵੱਖਰੇ ਵੱਖਰੇ ਸਰੂਪ ਵਿੱਚ ਤੇਰੀ ਹੀ ਜੋਤ, ਉਹਦਾ ਹੀ ਜਲਵਾ ਚੌਵਾਂ ਪਾਸੇ ਨਜ਼ਰ ਆ ਰਿਹਾ। ਫਿਰ ਕਹਿੰਦੇ ਕਹੂੰ ਬੇਨ ਕੇ ਬਜਈਆ, ਕਿਸੇ ਥਾਂ ਤੇ ਤੂੰ ਬੰਸਰੀ ਵਜਾ ਰਿਹਾ। ਕਹੂੰ ਧੇਨ ਕੇ ਚਰਈਆ, ਕਿਤੇ ਤੂੰ ਗਾਵਾਂ ਚਰਾ ਰਿਹਾ, ਚਰਾਉਣ ਵਾਲਾ ਵੀ ਤੂੰ ਏ, ਗਾਵਾਂ ਵੀ ਤੂੰ ਏ, ਉਹਨਾਂ ਦਾ ਦੁੱਧ ਵੀ ਤੂੰ ਹੈ, ਉਹਨਾਂ ਦਾ ਵੱਛਾ ਵੀ ਤੂੰ ਹੈ, ਉਸ ਦੁੱਧ ਨੂੰ ਪੀਣ ਵਾਲਾ ਵੀ ਤੂੰ ਹੈ। ਕੋਈ ਥਾਂ ਐਸੀ ਬਚੀ ਨਹੀਂ ਜਿੱਥੇ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੀ ਜੋਤ ਨੂੰ ਵੇਖ ਨਹੀਂ ਰਹੇ, ਔਰ ਇਹਨੂੰ ਸਿੱਧ ਕਰਨ ਵਾਸਤੇ ਉਹ ਆਪਣੀ ਇੱਕ ਹੋਰ ਵੱਖਰੀ ਬਾਣੀ ਵਿੱਚ ਵੀ ਬਚਨ ਕਰਦੇ ਨੇ, ਜਿਹਦੇ ਵਿੱਚ ਹਜ਼ੂਰ ਕਹਿੰਦੇ ਜ਼ਮੀਂ ਜਮਾਂ ਕੇ ਬਿਖੈ, ਸਮਸਤ ਇੱਕ ਜੋਤ ਹੈ। ਹੇ ਭਾਈ, ਜੇ ਤੂੰ ਸਿਮਰਨ ਕਰਨ ਲੱਗਾ, ਜੇ ਤੂੰ ਨਿਤਨੇਮੀ ਬਣਿਆ, ਜੇ ਤੂੰ ਗੁਰਸਿੱਖ ਬਣਿਆ, ਜਾਂ ਕਿਸੇ ਵੀ ਧਰਮ ਦਾ ਬੰਦਾ ਹੈ, ਜਿਸ ਰਾਮ ਨੂੰ, ਜਿਸ ਵਾਹਿਗੁਰੂ ਨੂੰ ਤੂੰ ਸਵੇਰੇ ਉੱਠ ਕੇ ਗਾਉਂਦਾ ਹੈ ਨਾ, ਉਹਨੂੰ ਵੇਖਣ ਦੀ ਵੀ ਕੋਸ਼ਿਸ਼ ਕਰ ਵੀ ਕਿੱਥੇ ਹੈ, ਕਿਉਂਕਿ ਗੁਰੂ ਸਾਹਿਬ ਨੇ ਅੰਨੇਪਣ ਵਿੱਚ ਸਾਨੂੰ ਕਿਤੇ ਪਾਸੇ ਨਹੀਂ ਤੋਰਿਆ ਵੀ ਆਹ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ, ਪਤਾ ਨਹੀਂ ਕਿੱਥੇ ਰਹਿੰਦਾ ਅਤੇ ਕਿੱਥੇ ਨਹੀਂ ਰਹਿੰਦਾ, ਨਹੀਂ ਉਹ ਦੱਸਿਆ ਵੀ ਕਿੱਥੇ ਰਹਿੰਦਾ। ਕਹਿੰਦੇ ਜੇ ਆਹ ਜਪਣਾ ਹੈ, ਉਹਨੂੰ ਜਗਤ ਦੇ ਵਿੱਚੋਂ ਹੀ ਵੇਖ, ਇੱਥੇ ਸਮਾਇਆ ਹੋਇਆ, ਬਾਹਰ ਨਾ ਵੇਖੀ, ਇਹਨਾਂ ਸਰੀਰਾਂ ਦੇ ਵਿੱਚੋਂ ਵੇਖ ਲੈ। ਉਹ ਤਾਂ ਬੜੀ ਅਗਲੀ ਅਵਸਥਾ ਹੈ ਨਾ, ਕਿ ਕੰਧਾਂ ਦੇ ਵਿੱਚੋਂ ਵੀ ਉਹਦੇ ਦੀਦਾਰ ਹੋਣੇ, ਇਹ ਅਵਸਥਾ ਬਣ ਜਾਂਦੀ ਦਿਵ ਦ੍ਰਿਸ਼ਟੀ ਜੀ। ਪਿੱਛੇ ਜੀ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਕਿਰਪਾ ਹੋਈ ਕਿਸੇ ਸਿੰਘ ਦੇ ਉੱਤੇ, ਇੱਧਰ ਬਠਿੰਡਾ ਸਾਈਡ 'ਤੇ, ਉਹ ਬੱਸ ਚਲਾਉਂਦਾ ਸੀ, ਬੱਸ ਦਾ ਡਰਾਈਵਰ ਸੀ, ਉਹਨੇ ਬੱਸ ਚਲਾਉਣੀ, ਸਿਮਰਨ ਕਰਦਾ ਰਿਹਾ ਅਤੇ ਉਹਦੇ ਅੰਦਰ ਉਹ ਅਵਸਥਾ ਬਣ ਗਈ ਜਿਹੜੀ ਭਾਈ ਘਨੱਈਆ ਜੀ ਦੇ ਵਿੱਚ ਬਣੀ ਸੀ, ਵੀ ਆਪਣਾ ਵੀ ਆਇਆ ਅਤੇ ਉਹਨੂੰ ਵੀ ਪਾਣੀ ਪਿਆ ਦਿੱਤਾ, ਬੇਗਾਨਾ ਆਇਆ ਉਹਨੂੰ ਵੀ ਪਿਆ ਦਿੱਤਾ, ਦੂਜਾ ਦਿਸਦਾ ਹੀ ਨਹੀਂ, ਕਿਸ ਹੋ ਪੂਜੋ ਦੂਜਾ ਨਜ਼ਰ ਨਾ ਆਈ, ਦੂਜਾ ਦਿਸਦਾ ਹੀ ਕੋਈ ਨਹੀਂ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਇੱਥੇ ਜਾ ਕੇ ਤੇ ਵਾਸ਼ਨਾ ਦਾ ਨਾਸ ਹੁੰਦਾ ਹੈ, ਜਿੱਥੇ ਨਾ ਕੋਈ ਪੁਰਸ਼ ਰਹਿੰਦਾ ਨਾ ਕੋਈ ਇਸਤਰੀ ਰਹਿੰਦੀ ਹੈ, ਉਹ ਭੇਦ ਵੀ ਖਤਮ ਹੋ ਗਿਆ। ਇਹਦੇ 'ਤੇ ਗੁਰੂ ਕੇ ਸਿੱਖ 'ਤੇ ਇਹ ਜਿਹੜਾ ਬੱਸ ਦਾ ਡਰਾਈਵਰ ਸੀ, ਇਹਦੇ 'ਤੇ ਇਹ ਕਲਾ ਵਰਤੀ, ਕਈ ਸਾਲ ਪੁਰਾਣੀ ਗੱਲ ਹੈ, ਇਹਦੇ 'ਤੇ ਬਖਸ਼ਿਸ਼ ਹੋ ਗਈ। ਅਤੇ ਮੈਨੂੰ ਕਿਸੇ ਨੇ ਦੱਸਿਆ ਵੀ ਇੱਕ ਵਾਰੀ ਮੈਂ ਬੱਸ 'ਚ ਸਫ਼ਰ ਕਰ ਰਿਹਾ ਸੀ, ਉਹ ਬੱਸ ਲੈ ਕੇ ਜਾ ਰਿਹਾ ਸ਼ਹਿਰ ਨੂੰ ਪਿੰਡੋਂ, ਹੁਣ ਜਿਹੜਾ ਦਿਸਦਾ ਹੈ ਪਹਿਲਾਂ ਉਹ ਮਨੁੱਖ ਹੈ, ਪਰ ਥੋੜ੍ਹੇ ਚਿਰ ਬਾਅਦ ਉਹਦਾ ਸਰੀਰ ਗਾਇਬ ਹੋ ਜਾਂਦਾ ਹੈ ਅਤੇ ਉਹਦੇ ਵਿੱਚੋਂ ਪਰਮਾਤਮਾ ਨਜ਼ਰ ਆਉਣ ਲੱਗ ਪਏ, ਭਾਵੇਂ ਕਿਸੇ ਵੱਲ ਵੀ ਉਹ ਵੇਖੇਗਾ। ਇਹਨੂੰ ਬਾਣੀ ਵਿੱਚ ਕਿਹਾ ਦੇਹੀ ਗੁਪਤ ਬਦੇਹੀ ਦਿਸ਼ਾ, ਜਿਹਦੀ ਦ੍ਰਿਸ਼ਟੀ ਖੁੱਲ੍ਹ ਜਾਏ ਨਾ, ਜਿੱਥੋਂ ਕਲਗੀਧਰ ਪਾਤਸ਼ਾਹ ਬੋਲ ਰਹੇ ਨੇ ਉੱਥੇ ਦੇਹ ਨਜ਼ਰ ਨਹੀਂ ਆਉਂਦੀ, ਲੋੜ ਪੈਣ 'ਤੇ ਵੇਖਣੀ ਹੋਵੇ ਤਾਂ ਵੇਖ ਲੈਂਦੇ ਨੇ। ਸੱਚ ਜਾਣੋ, ਜੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਉਹ ਰੰਗ 'ਚ ਵੀ ਆ ਜਾਂਦਾ, ਮਹਾਰਾਜ ਨੇ ਕਹਿਣਾ ਸੀ ਆਹ ਵੀ ਰਾਬੀ ਹੈ, ਉੱਥੇ ਕੋਈ ਫਰਕ ਨਹੀਂ ਪੈਂਦਾ।
क्योंकि ऐसा मनुख जदों किसे वल भी वेखेगा, भावे वह मनुख है, भावे पशु है, पंछी है, चंद्रमा है, जमीन है, आकाश है, जदों पहला वेखेगा उन्हों दा आकार नजर आवेगा। जे ध्यान नाल वेखेगा, सिमरन नाल जुड़ के वेखेगा, तो उस वेले आकार खत्म हो जाता, निरंकार प्रगट हो जाता शरीर दे। इस ड्राइवर की वह हालात बन गई, बस लैके जा रहा सी, ते अगों एक दिहाड़ीदार बंदा कि दिहाड़ी ते सैकल ते आ रहा है, वह अगों की आ रहा है, यदा कि जे तो ध्यान ना जुड़े फिर तो सारा दिन चली जाता भी आ फलाना सिंह आ पुरश आ इसत्री है पशु है पंछी, फिर तो फर्क दिस ही जाता जे ध्यान बार मुखी हो। जदों अगों सैकल ते आ रहा तो यदा कि ध्यान जुड़ गया अंदर परमेशर के चरणा, जदों ध्यान जुड़िया तो वेख्या सामने तो परमेशर सैकल ते चढ़ के आ रहा है, परमात्मा आ रहा है। उत्थे बस साइड ते लाई, बस रोकी ते उन्हूं हाथ करके रोक लिया। साइकल वाला कहिंदा वी मैनू क्यों रोकदा, मैं ते बस ते चढ़ना ही नहीं। उन्हूं नहीं पता वो एक आम आदमी है। ते जिस वक्त साध संगत जी वो सामने आया तो अंदरों जोत प्रगट हो गई, तो जाके साइकल वाले नूं जफ्फी पा के खलो गया। वह कहिंदा वी मेरा तेरे नाल की लैण देण, मैनू क्यों फड़िया तू। कहन लगा तेरे नाल ही ते सारा लैण देण, तेनू ते मैं जपदा रहा सारी जिंदगी हो गई, तेनू तो ते लभ रहा सी इन्ने चिर नूं, ते अज मैनू नहीं सी पता भी जिदन तू मिलना तू साइकल ते चढ़ के आउणा है। हुण दिव दृष्टि ना उहनूं पता साइकल वाले नूं। इह कल्ली बाहरली कहावत नहीं, इहनूं तुसीं गुरु की बाणी विचों, भगत नामदेव जी की बाणी विचों शब्द के रूप में भी पढ़ सकते हो। भगत नामदेव जी भी इस तरह कितें बाहर निकले। आ जिहड़े आप जी मंदिर विच गए ने ना, भी मंदिर विचों मंदिर विच पूजा करन थोड़ी जांदे सन, वो मंदिर विच किसी मूर्ति की पूजा नहीं सन करन जांदे, वो तां मंदिर दे अगों लंघ रहे सी, ते जदों मंदिर वल ध्यान गया तो मंदिर विचों परमात्मा दिस पिया, उत्थे चले गए, उत्थे दर्शन हो गए। मंदिर उन्हां दा टारगेट नहीं सी, कोई पूज स्थान नहीं सी, उत्थों बाहर निकले, उन्हां धक्के मार के कढ दिता। जदों बाहर निकले तो अगों एक फकीर आ रहा सी मुसलमान, तो वह फकीर जिहड़ा मुसलमान है उन्हां दी जिहड़ी जात है, उन्हां दी जिहड़ी संपर्दा कह लो, उन्हूं कहिंदे सी कलंदर केसवा, केसवा केसां वाले फकीर। वह केस रखदे सी ते पिछे सिट लैंदे सी। ਉਹ ਅੱਗੋਂ ਆ ਰਿਹਾ ਤੇ ਭਗਤ ਨਾਮਦੇਵ ਜੀ ਜਾ ਕੇ ਉਹਦੇ ਗਲੇ ਮਿਲੇ, ਕਹਿੰਦੇ ਬਹੁਤ ਚਿਰ ਦਾ ਤੁਹਾਨੂੰ ਲੱਭ ਰਿਹਾ ਸੀ, ਤੁਸੀਂ ਵੇਖੋ ਮੈਨੂੰ ਨਹੀਂ ਸੀ ਪਤਾ ਵੀ ਕਿਵੇਂ ਦਾ ਰੂਪ ਤੁਸੀਂ ਲੈ ਕੇ ਤੁਰੇ ਫਿਰਦੇ ਹੋ, ਤੁਹਾਡੇ ਤੇ ਕੇਸ ਹੀ ਬੜੇ ਸੋਹਣੇ ਨੇ। ਉਹ ਸ਼ਬਦ ਤੁਸੀਂ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਪੜ੍ਹ ਸਕਦੇ ਹੋ, ਜਿਹਦੇ ਵਿੱਚ ਉਹ ਕਹਿੰਦੇ ਆਓ ਕਲੰਦਰ ਕੇਸਵਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਅਬਦਾਲੀ ਉਹਨਾਂ ਦਾ ਇੱਕ ਫਿਰਕਾ ਹੈ, ਉਹਨਾਂ ਦੀ ਸੰਪਰਦਾ ਦਾ ਨਾਂ ਹੈ ਅਬਦਾਲੀ ਕਲੰਦਰ। ਕਹਿੰਦੇ ਮੈਂ ਤੈਨੂੰ ਬੜੇ ਚਿਰ ਦਾ ਜਪ ਰਿਹਾ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਜਿੱਦਣ ਤੂੰ ਮੈਨੂੰ ਮਿਲਣ ਆਉਣਾ ਉਦਣ ਤੂੰ ਅਬਦਾਲੀਆਂ ਵਾਲੇ ਕੱਪੜੇ ਪਾ ਕੇ ਆਉਣਾ ਤੇ ਖੁੱਲੇ ਕੇਸ ਸੋਹਣੇ ਪਿੱਛੇ ਸੱਟ ਕੇ ਆਉਣਾ, ਅੱਜ ਤੇਰੇ ਦਰਸ਼ਨ ਹੋ ਗਏ। ਆਓ ਕਲੰਦਰ ਕੇਸਵਾ ਕਰ ਅਬਦਾਲੀ ਪੇਸਵਾ, ਜਿਨ ਆਕਾਸ਼ ਕੁਲੈ ਸਿਰਕੀਨੀ ਕੌਂਸੈ ਸਬਤ ਪਿਆਲਾ। ਫਿਰ ਅੱਗੇ ਚਲੇ ਗਏ, ਕਹਿੰਦੇ ਮੇਰਾ ਰੱਬ ਇੰਨਾ ਵੱਡਾ ਹੈ ਨਾ, ਉਹਨੇ ਆਕਾਸ਼ ਦੀ ਪੱਗ ਬੰਨੀ ਹੋਈ ਹੈ, ਕੁਲੈ ਕੁਲੈ ਮੈਨੇ ਪੱਗ, ਆਕਾਸ਼ ਨੂੰ ਪੱਗ ਬਣਾਇਆ ਹੋਇਆ ਤੇ ਪਤਾਲ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ। ਕੌਂਸੈ ਸਬਤ ਪਿਆਲਾ ਚਮਰ ਪੋਸ਼ਕਾ ਮੰਦਰ ਤੇਰਾ, ਇਹ ਵਿਧ ਬਣੇ ਗੋਪਾਲਾ। ਆ ਚਮੜੇ ਦੇ ਜਿਹੜੇ ਸਰੀਰ ਬਣੇ ਹੋਏ ਨੇ ਤੇਰਾ ਹੀ ਸਰੀਰ ਹੈ ਸਾਰਾ, ਇਹ ਕਈ ਰੰਗਾਂ ਦੇ ਵਿੱਚ ਦਿਸਣ ਵਾਲਾ ਪਰਮੇਸ਼ਰ ਇੱਥੇ ਕਹਿ ਰਹੇ ਨੇ ਕਹੂੰ ਬੇਨ ਕੇ ਬਜਈਆ ਕਹੂੰ ਧੇਨ ਕੇ ਚਰਈਆ, ਕਿਤੇ ਤੂੰ ਗਾਵਾਂ ਚਰਾ ਰਹੇ। ਕਹੂੰ ਲੱਖਣ ਲਵਈਆ, ਲੱਖਣ ਮੈਨੇ ਦਾਗ ਲੱਗਣਾ। ਆਪਾਂ ਕਹਿੰਦੇ ਸੋਨੇ ਨੂੰ ਲਾਖ ਲੱਗ ਗਈ ਜਿੱਥੇ ਕਰਕੇ ਦਾਗ ਪੈ ਜਾਣਾ ਉਹਨੂੰ ਲੱਖਣ ਕਹਿੰਦੇ ਨੇ। ਹੇ ਵਾਹਿਗੁਰੂ ਤੂੰ ਇੰਨਾ ਚੋਜੀ ਹੈ, ਕਈਆਂ ਥਾਵਾਂ ਤੇ ਤੂੰ ਆਪਣੇ ਉੱਤੇ ਦਾਗ ਵੀ ਲਵਾ ਲੈਂਦਾ ਹੈ। ਕਹੂੰ ਲੱਖਣ ਲਵਈਆ ਕਹੂੰ ਸੁੰਦਰ ਕੁਮਾਰ ਹੋ, ਕਿਤੇ ਤੂੰ ਬੜਾ ਹੀ ਸੋਹਣੇ ਸਰੂਪ ਵਾਲਾ, ਕਿੰਨੇ ਤੇਰੇ ਰੂਪ ਨੇ। ਸਤਿਗੁਰੂ ਜੀ ਦੇ ਬਚਨ ਇੱਕ ਵਾਰੀ ਫਿਰ ਪਿਆਰ ਨਾਲ ਪੜ੍ਹੀਏ। ਆਪੇ ਬਹੁਬਿਧ ਰੰਗ ਲਾ, ਆਪੇ ਬਹੁਬਿਧ ਰੰਗ ਲਾ, ਆਪੇ
ਆਪੇ ਬਹੁਬਿਦ ਰੰਗ ਲਾਇ, ਆਪੇ ਬਹੁਬਿਦ ਰੰਗ ਲਾਇ, ਆਪੇ ਸਖੀਏ ਮੇਰਾ ਲਾਲ, ਸਖੀਏ ਮੇਰਾ ਲਾਲ, ਸਖੀਏ ਆਪੇ ਰਸੀਆ ਆਪ ਰਸ, ਆਪੇ ਰਸੀਆ ਆਪ ਰਸ, ਆਪੇ ਆਪੇ ਰਾਵਣ ਹਾਰ, ਆਪੇ ਰਾਵਣ ਹਾਰ, ਆਪੇ ਆਪੇ ਬਹੁਬਿਦ ਰੰਗ ਲਾਇ, ਆਪੇ ਬਹੁਬਿਦ ਰੰਗ ਲਾਇ, ਆਪੇ ਸ਼ੁੱਧਤਾ ਕੀ ਸ਼ਾਨ ਹੋ ਕੇ ਸੰਤਨ ਕੇ ਪ੍ਰਾਣ ਹੋ, ਪਵਿੱਤਰਤਾ ਦੀ ਸ਼ਾਨ ਹੋ ਤੁਸੀਂ, ਤੁਸੀਂ ਬਹੁਤ ਪਵਿੱਤਰ ਹੋ, ਤੁਹਾਡੇ ਵਿੱਚੋਂ ਪਵਿੱਤਰਤਾ ਡੁੱਲ ਕੇ ਪੈਂਦੀ ਹੈ, ਕਿ ਸੰਤਨ ਕੇ ਪ੍ਰਾਣ ਹੋ। ਇੱਥੇ ਮਹਾਰਾਜ ਨੇ ਦੂਜੇ ਪੱਖ ਵਿੱਚ ਲਿਖਿਆ ਵੀ ਤੁਸੀਂ ਉੱਥੇ ਹੋ, ਇੱਥੇ ਇਹ ਨਹੀਂ ਕਿਹਾ ਵੀ ਉਹਨਾਂ ਦੇ ਵਿੱਚ ਹੋ। ਕਹਿੰਦੇ ਸੰਤਾਂ ਦੇ ਤੁਸੀਂ ਪ੍ਰਾਣ ਬਣ ਜਾਂਦੇ ਹੋ, ਉਹਨਾਂ ਦੀ ਜਿੰਦ ਬਣ ਜਾਂਦੇ ਹੋ, ਜਿਹੜੇ ਤੁਹਾਡੇ ਸਾਧੂ ਨੇ, ਗੁਰਮੁਖ ਨੇ, ਪ੍ਰਾਣ ਬਣ ਕੇ ਉਹਨਾਂ ਦੇ ਵਿੱਚ ਵੱਸਦੇ ਹੋ, ਸਵਾਸ ਬਣ ਕੇ ਉਹਨਾਂ ਵਿੱਚ ਵੱਸਦੇ ਹੋ। ਕਿ ਸੰਤਨ ਕੇ ਪ੍ਰਾਣ ਹੋ, ਕਿ ਦਾਤਾ ਮਹਾਂਦਾਨ ਹੋ, ਬਹੁਤ ਵੱਡੇ ਤੁਸੀਂ ਦਾਨੀ ਹੋ, ਸਾਰੇ ਸੰਸਾਰ ਦੀ ਪਾਲਣਾ ਕਰ ਰਹੇ ਹੋ, ਸਾਰੇ ਲੋਕਾਂ ਨੂੰ ਦੇ ਰਹੇ ਹੋ। ਕਿ ਨਿਰਦੋਖੀ ਨਿਰੰਕਾਰ ਹੋ, ਤੁਸੀਂ ਕਿਸੇ ਨਾਲ ਈਰਖਾ ਨਹੀਂ ਕਰਦੇ, ਤੁਸੀਂ ਕਿਸੇ ਨਾਲ ਦੁੱਖ ਨਹੀਂ ਕਰਦੇ, ਆਕਾਰ ਰਹਿਤ ਹੋ। ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ, ਨਿਰਜੁਰ ਜੁਰ ਮੈਨੇ ਬੁਖਾਰ ਬਿਮਾਰੀ, ਤੁਹਾਨੂੰ ਕਦੀ ਬੁਖਾਰ ਨਹੀਂ ਚੜਦਾ, ਜਵਰ ਉੱਤੋਂ ਜੁਰ ਬਣਿਆ, ਤੁਹਾਨੂੰ ਕਦੀ ਜਵਰ ਨਹੀਂ ਹੁੰਦਾ, ਤੁਹਾਨੂੰ ਕਦੀ ਬੁਖਾਰ ਨਹੀਂ ਚੜਦਾ। ਇਹ ਦੂਜੇ ਅਰਥ ਨੇ ਇਹਦੇ, ਜੁਰ ਮੈਨੇ ਬੁਢੇਪਾ, ਜਰ ਮੈਨੇ ਬੁਢੇਪਾ, ਜਰ ਆਈ ਜੋਬਨ ਹਾਰਿਆ। ਤੁਸੀਂ ਕਦੀ ਬੁੱਢੇ ਨਹੀਂ ਹੁੰਦੇ, ਤੁਸੀਂ ਸਦਾ ਹੀ ਜਵਾਨ ਰਹਿੰਦੇ ਹੋ। ਜਿਹੜੇ ਤੁਹਾਡੇ ਨਾਲ ਜੁੜ ਗਏ ਉਹਨਾਂ ਨੂੰ ਵੀ ਤਿੰਨੇ ਤਾਪ ਨਹੀਂ ਸਤਾਉਂਦੇ, ਉਹਨਾਂ ਨੂੰ ਵੀ ਬੁਢੇਪਾ ਨਹੀਂ ਸਤਾਉਂਦਾ। ਨਿਰਜੁਰ ਨਿਰੂਪ ਹੋ, ਤੁਹਾਡਾ ਕੋਈ ਖਾਸ ਰੂਪ ਨਹੀਂ ਹੈ। ਕਿ ਸੁੰਦਰ ਸਰੂਪ ਹੋ, ਤੁਹਾਡਾ ਰੂਪ ਬੜਾ ਸੋਹਣਾ ਹੈ। ਇੱਕ ਵਾਰੀ ਜਿਹਨੂੰ ਤੁਸੀਂ ਦੀਦਾਰ ਦੇ ਦਿੰਦੇ ਹੋ, ਤੁਹਾਡੇ ਹੁਸਨ ਵਿੱਚ ਵੱਜ ਜਾਂਦਾ ਹੈ, ਤੁਹਾਡੇ ਤੋਂ ਬਿਨਾਂ ਮਰਨ ਲੱਗਦਾ, ਵੇਖਣ ਤੋਂ ਬਿਨਾਂ ਰਹਿ ਨਹੀਂ ਸਕਦਾ। ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਵੱਡੇ ਵੱਡੇ ਰਾਜਿਆਂ ਦੇ ਵੀ ਰਾਜੇ ਹੋ, ਜਦੋਂ ਜੀ ਚਾਹੇ ਉਹਨਾਂ ਨੂੰ ਲਾਹ ਸਕਦੇ ਹੋ ਤਖ਼ਤ ਤੋਂ। ਕਿ ਦਾਤਾ ਮਹਾਂਦਾਨ ਹੋ, ਹੇ ਵਾਹਿਗੁਰੂ ਤੁਸੀਂ ਵੱਡੇ ਦਾਤੇ ਹੋ, ਤੁਹਾਡੇ ਵਰਗਾ ਦੇਣ ਵਾਲਾ ਹੋਰ ਕੋਈ ਨਹੀਂ। ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਵਈਆ, ਮੇਰੇ ਪ੍ਰਾਣਾਂ ਦੀ ਰੱਖਿਆ ਕਰਨ ਵਾਲੇ ਹੋ ਤੁਸੀਂ। ਇਹ ਸਿੱਧੀਆਂ ਗੱਲਾਂ ਕਰ ਰਹੇ ਨੇ ਮਹਾਰਾਜ ਅਕਾਲ ਪੁਰਖ ਦੇ ਨਾਲ, ਮੇਰੇ ਪ੍ਰਾਣ ਮੇਰੀ ਜਿੰਦ ਦੇ ਰਾਖੇ ਹੋ। ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਵਈਆ, ਤੁਸੀਂ ਦੁੱਧ ਤੇ ਪੁੱਤਰ ਦੇ ਦਾਤੇ ਹੋ, ਉਹ ਵੀ ਤੁਸੀਂ ਦਿੱਤਾ ਹੈ, ਉਹ ਵੀ ਤੁਸੀਂ ਦਿੰਦੇ ਹੋ। ਦੁੱਧ ਤੇ ਪੁੱਤਰ ਸੰਸਾਰ ਦੇ ਪਦਾਰਥ ਦੇਣ ਵਾਲੇ ਹੋ। ਰੋਗ ਸੋਗ ਕੇ ਮਟਈਆ, ਮੇਰੇ ਸਾਰੇ ਰੋਗਾਂ ਨੂੰ ਤੇ ਸਾਰੇ ਗਮ ਤੇ ਸੋਗ ਨੂੰ ਮਿਟਾਉਣ ਵਾਲੇ ਹੋ। ਕਿਦੋ ਮਾਨੀ ਮਹਾਮਾਨ ਹੋ, ਕਿਤੇ ਵੱਡੇ ਸਨਮਾਨ ਵਾਲੇ ਹੋ, ਤੁਸੀਂ ਸਨਮਾਨ ਦਿੰਦੇ ਹੋ, ਤੁਹਾਡਾ ਬਹੁਤ ਸਨਮਾਨ ਹੈ। ਹਜ਼ੂਰ ਕਹਿੰਦੇ ਵਿਦਿਆ ਕੇ ਵਿਚਾਰ ਹੋ, ਕਿਤੇ ਤੁਸੀਂ ਵਿਦਿਆ ਦੇ ਬੜੇ ਵੱਡੇ ਵਿਚਾਰਕ ਵਿਦਵਾਨ ਹੋ। ਕਿ ਅਦਵੈ ਅਵਤਾਰ ਹੋ, ਕਿਤੇ ਅਦਵੈਤ ਵਾਲੇ ਭਾਵ ਇੱਕ ਨਾਲ ਜੋੜਨ ਵਾਲੇ ਅਵਤਾਰ ਬਣੇ ਹੋਏ ਹੋ, ਸਾਧੂ ਰੂਪ ਜਨਮ ਲੈਂਦੇ ਹੋ। ਕਿ ਸਿੱਧਤਾ ਕੀ ਸੂਰਤ ਹੋ, ਕਿ ਸ਼ੁੱਧਤਾ ਕੀ ਸ਼ਾਨ ਹੋ, ਕਿਸੇ ਥਾਂ ਤੇ ਤੁਸੀਂ ਰਿੱਧੀਆਂ ਸਿੱਧੀਆਂ ਦੀ ਸੂਰਤ ਹੋ, ਭਾਵ ਸ਼ਕਤੀਆਂ ਦੇ ਮਾਲਕ ਹੋ, ਕਿਤੇ ਪਵਿੱਤਰਤਾ ਦੀ ਸ਼ਾਨ ਬਣ ਕੇ ਬੈਠੇ ਹੋ। ਹਜ਼ੂਰ ਕਹਿੰਦੇ ਜੋਬਨ ਕੇ ਜਾਲ ਹੋ,
के काल हूं के काल हो जोबन के जाल जाल मैंने जिवें मच्छी जाल विच फस जांदी है किते तुसी इन्ने जोबन ते सोहणे हो कि जिहड़ा तुहाडे जाल विच फस जांदा वह निकल नहीं सकदा फिर तुसी इन्ने सुंदर हो जिन्हों अपने जाल विच फसा लैंदे हो तुहाडा गुलाम बन जांदा तुसी मौत नूं मारन वाले हो काल हूं के काल हो कि सत्रन के सूल हो कि मित्रन के प्राण हो दुश्मनों वास्ते कंडे हो ते मित्रां वास्ते उन्हां दे प्राण हो जिहड़े दुश्मन ने उन्हां नूं कंडे वांग हो ते मित्रां दे प्राण हो कहूं ब्रह्म बाद कहूं विद्या को बिखाद किते तुसी ब्रह्म दा ज्ञान दे रहे हो किते विवाद पा रहे हो कहूं नाद को ननाद कहूं पूर्ण भगत हो किते अनहद नाद दा स्वरूप बन के बज रहे हो ते किते पूर्ण भगत हो कहूं वेद रीत कहूं विद्या की प्रतीत किते वेदा दी रीत वाले हो ते किते विद्या दी प्रतीत फीलिंग कराउंदे हो कहूं नीत औ अनीत किते बड़ी नीति वाले हो सीधे राह ते तुरन वाले हो ते किते अनीति ते चलन वाले हो उत्थे भी तुहाडा ही निवास है कहूं ज्वाला सी जगत हो ज्वाला मैंने किते अग वांगू चमकदे हो किसे थां ते इस तरह दर्शन दे रहे हो अग विच भी तुहाडी चमक है पूर्ण प्रताप कहूं एकांती को जाप कहूं किते तुहाडा पूर्ण शक्ति प्रताप छाया होया किते तुसी एकांत विच जाप करन वाले दा जाप बन के बैठे होए हो उत्थे जाप दा स्वरूप बने होए हो शब्द दा रूप बने होए हो हजूर कहिंदे ताप को अताप किते ताप नूं खाण वाले हो पाप दुखां नूं खत्म करन वाले हो कहूं जोग ते डिगत हो किते जोगी बन के ते जोग तो डिग पैंदे हो कहूं बर देत कहूं छल सो छिनाए लेत किते तुसी बर दे देंदे हो ते किते फिर छल करके खो लेंदे हो दे तो वापस ले लेंदे हो तुहाडी कला है महाराज अखीर ते कहिंदे सर्ब काल सर्ब ठौर एक से लगत हो महाराज कहिंदे हे वाहिगुरु सारे समय ते सारियां थावां ते तू मैनू इको जे दिसना है वखरा नहीं दिसदा ये सम दृष्टि बन गई इको ही नज़र आउंदा है दूसरा नज़र नहीं आउंदा एक है पाथर कीजै पाओ दूजा पाथर धरियै पाओ जे ओ देव तां ओ भी देवा कहो ना कह नाम देव हम हर की सेवा सब थां ते ये बाणी जिहड़ी है कोई थां नहीं महाराज ने छड्डिया एक कल दा नाराज छंद आपां विचारांगे इत्थे तां जे फिर भी वखरे वखरे मनुखां दा नां उत्थे ते महाराज ने कुछ चीज छड्डी नहीं जिथे अकाल पुरख दी जोत दे दर्शन नहीं कराए वो आपां कल विचारांगे आओ रहिंदे कुछ मिंट सिमरन नाल जुड़िए वाहिगुरु 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 वाहे गज के बोलो गज के वाहे गुरु 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 वाहे गुरु
ਵਾਹਿਗੁਰੂ 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 ਸੋ ਇਸ ਬਾਣੀ ਵਿੱਚ ਮਹਾਰਾਜ ਨੇ ਤੂੰ ਹੀ ਦੀ ਧੁਨੀ ਦਾ ਜਾਪ ਕੀਤਾ ਹੈ। ਸਤਿਗੁਰੂ ਕਿਰਪਾ ਕਰਨੇ ਬਚਨ ਸਾਡੇ ਜੀਵਨ ਵਿੱਚ ਵਸਣ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।